अभी कहता मैं ना पिछले हफ्ते कुछ माइग्रेशन का स्टेटस देख रहा सी इंडिया का, तो उसके विच देख रहा सी कि इंडिया के जो डिफरेंट डिफरेंट स्टेट्स थे उसके विच पंजाब टॉप कर रहा वा, कि लाइक इंडिया के विच सब तो ज्यादा माइग्रेशन पंजाब तो हो रही है। तो इतने जितने माइग्रेशन की गल आ जाती है तो उत्थे फिर रोल आ जाता जो आयल सेंटर्स का एंड एजेंट्स का। एंड असं देख रहे हैं कि पंजाब के जो एजेंट्स है बहुत सारे, तो नहीं मैं कहूँगा लाइक कुछ परसेंटेज यहोजा भी है वा जो बहुत सारा फ्रॉड कर रहा वा। लाइक एक स्टूडेंट किसी कैनेडा लिए अपलाई करता, इंग्लैंड लिए करता, न्यूजीलैंड लिए करता या ऑस्ट्रेलिया लिए करता वा, तो उसके असं देखते हैं कि एक एक बार फाइल नहीं दो दो तीन तीन बार भी लोग फाइल लगाते हैं, सेम कॉलेज वास्ते लगाते हैं, सेम कंट्री वास्ते लगाते हैं, बट फिर भी उन्होंने जी रिफ्यूजल आती रही है वीजा की। सो अब आप इसी इशू बारे गल करेंगे कि उन्होंने जी रिफ्यूजल आ बार बार किदा आ रही है, की रीजन की है वा, एंड की फ्रॉड आ या फिर ये स्टूडेंट्स की खुद की गलती है कि वो इस सारी चीज़ों को क्रॉस चैक नहीं करते, क्रॉस वेरीफाई नहीं करते। सो अब अभी इस इशू बारे गल करेंगे एंड साढ़े जुड़े हैं जैसमीन जी। सो इतने मैं दसना चाहूंगा कि जो जैसमीन जी ने सीनियर आयल्स जो ट्रेनर है। सो वेलकम जैसमीन जी, सत श्रीकाल। सत श्रीकाल विपिन, की हाल चाल है? वधिया वधिया। आई थिंक तुहाडा पहला पॉडकास्ट, पहली गल तुहानूं किदां लग रहा अज? बहुत अच्छा लग रहा है, बहुत वेट कर रही सी, स्टील सी, थोड़ी नर्वस हां। बहुत सारे फ्रॉड भी हो रहे हैं, एक स्टूडेंट बैठा रहा वा अपनी वेट करता रहा वा बट उसका वीजा लग के नहीं आता, तो इस चीज नूं कि देखते हो? ਕਿਤੇ ਨਾ ਕਿਤੇ ਬਹੁਤ ਅਨਫੋਰਚੁਨੇਟ ਹੈ ਕਿ ਜੋ ਪੰਜਾਬ ਦੇ ਬੱਚੇ ਸਪੈਸ਼ਲੀ ਜੋ ਬਾਹਰ ਜਾ ਰਹੇ ਨੇ, ਹੁਣ ਜਿਵੇਂ ਮੈਂ ਪੜ੍ਹਾਉਂਦੀ ਹਾਂ ਤੇ ਰੋਜ਼ ਮੇਰੇ ਨਾਲ ਕਈ ਬੱਚੇ ਦਿਲ ਖੋਲ ਕੇ ਗੱਲ ਕਰਦੇ ਨੇ, ਰਾਈਟ? ਉਹ ਇਹ ਕਹਿੰਦੇ ਨੇ ਕਿ ਮੈਮ ਅਸੀਂ ਸਿਰਫ ਕਮਾਈ ਕਰਨ ਲਈ ਜਾ ਰਹੇ ਹਾਂ, ਉਹਨਾਂ ਦੇ ਪਲਾਨਸ ਕਲੀਅਰ ਨਹੀਂ ਹੈ, ਜਿਹਦੇ ਕਰਕੇ ਉਹਨਾਂ ਨੂੰ ਸੈਲਫ ਅਵੇਅਰਨੈਸ ਬਿਲਕੁਲ ਵੀ ਨਹੀਂ ਹੈ। ਉਹ ਆਉਂਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਬਸ ਪੈਸੇ ਲੈ ਲਓ, ਜਿਵੇਂ ਮਰਜ਼ੀ ਕਰਕੇ ਸਾਨੂੰ ਬਾਹਰ ਭੇਜ ਦਿਓ। ਹੁਣ ਜਦੋਂ ਕੋਈ ਅੱਗੇ ਹੋਇਆ ਕਹਿੰਦਾ ਕਿ ਪੈਸੇ ਲੈ ਕੇ ਜੋ ਮਰਜ਼ੀ ਕਰ ਲਓ, ਫਿਰ ਤੁਹਾਡੇ ਨਾਲ ਜੋ ਮਰਜ਼ੀ ਵਾਲੀ ਸਿਚੁਏਸ਼ਨ ਹੀ ਆ ਜਾਂਦੀ ਹੈ। ਤੁਹਾਨੂੰ ਨਹੀਂ ਪਤਾ ਸਟੈਪਸ ਕੀ ਹੈ, ਤੁਸੀਂ ਸਿਰਫ ਇਸੇ ਲਈ ਫੂਲ ਬਣ ਰਹੇ ਹੋ ਬਿਕੋਜ਼ ਤੁਸੀਂ ਕਦੇ ਆਪਣੇ ਆਪ ਤੇ ਸਟੱਡੀ ਨਹੀਂ ਕੀਤੀ, ਰਿਸਰਚ ਨਹੀਂ ਕੀਤੀ, ਔਰ ਇਹਨਾਂ ਚੀਜ਼ਾਂ ਦੀ ਵੈਲਿਊ ਨੂੰ ਤੁਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਸੋ ਵਿਕਰਮ, ਬੇਸਿਕ ਪ੍ਰੋਬਲਮ ਇਹ ਹੈ ਕਿ ਅਸੀਂ ਕਿਸੇ ਵੀ ਚੀਜ਼ ਦੀ ਰਿਸਰਚ ਨਹੀਂ ਕਰਦੇ। ਅਸੀਂ ਪਤਾ ਨੀ ਕਿਉਂ ਭੁੱਲ ਜਾਂਦੇ ਹਾਂ ਕਿ ਸਾਡੀ ਜਿੰਨੀ ਵੀ ਮਨੀ ਹੈ ਬਹੁਤ ਹਾਰਡ ਅਰਨਡ ਮਨੀ ਹੈ, ਖੁਦ ਨਹੀਂ ਤੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ ਹੈ। ਅਸੀਂ ਕਿਉਂ ਭੁੱਲ ਰਹੇ ਕਿ ਅਸੀਂ ਉਧਰ ਜਾ ਕੇ ਵੀ ਸਰਵਾਈਵ ਕਰਨਾ ਹੈ, ਰਾਈਟ? ਇਹ ਸਭ ਨੂੰ ਪਤਾ ਕਿ ਜੋ ਜਾ ਰਿਹਾ ਵਾਪਿਸ ਆਉਣ ਲਈ ਤੇ ਨਹੀਂ ਜਾਂਦਾ, ਰਾਈਟ? ਤੇ ਇਸ ਚੀਜ਼ ਨੂੰ ਵੈਲ ਸਟੱਡੀ ਕਰਕੇ ਜਾਓ ਤਾਂ ਕਿ ਉੱਥੇ ਜਾ ਕੇ ਇਸ਼ੂਜ ਨਾ ਆਉਣ। ਸੋ ਯੈਸ, ਜੋ ਬੱਚਿਆਂ ਨਾਲ ਫਰੋਡ ਹੋ ਰਿਹਾ, ਕਈ ਵਾਰੀ ਕੋਈ ਜੈਨੂਅਨ ਰੀਜ਼ਨ, ਫਰੋਡ ਦਾ ਨਹੀਂ, ਰਿਜੈਕਸ਼ਨ ਦਾ ਕਈ ਵਾਰੀ ਜੈਨੂਅਨ ਰੀਜ਼ਨਸ ਵੀ ਹੋ ਜਾਂਦੇ ਨੇ, ਬਟ ਫਰੋਡ ਦਾ ਇੱਕੋ ਰੀਜ਼ਨ ਹੈ ਕਿ ਯੂ ਆਰ ਨਾਟ ਅ ਸੈਲਫ ਅਵੇਅਰਡ ਕਲਾਇੰਟ, ਬਸ ਸਿਰਫ ਇਹ ਰੀਜ਼ਨ ਹੈ। ਜਦੋਂ ਬੱਚੇ ਇਹ ਚੀਜ਼ ਨੂੰ ਸਮਝ ਜਾਣਗੇ, ਮੈਨੂੰ ਨੀ ਲੱਗਦਾ ਉਹਨਾਂ ਨੂੰ ਕੋਈ ਵੀ ਬੇਵਕੂਫ ਬਣਾ ਪਾਏਗਾ। ਜਿੱਦਾਂ ਤੁਸੀਂ ਦੱਸਿਆ ਕਿ ਬੱਚਿਆਂ ਦਾ ਇੰਟਰਸਟ ਹੀ ਨਹੀਂ ਗਾ ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਜਾਂ ਫਿਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹਨਾਂ ਨੇ ਕਰਨਾ ਕੀ ਆ ਬਾਹਰ ਜਾ ਕੇ। ਮੈਂ ਨਾ ਮਤਲਬ 3-4 ਸਾਲ ਪਹਿਲਾਂ ਬੰਬੇ ਸੀ ਤੇ ਮੈਂ ਵੀ GRE ਦੀ ਪ੍ਰੈਪਰੇਸ਼ਨ ਕਰ ਰਿਹਾ ਸੀ ਤੇ ਮੈਂ ਨਾਲ ਹੋਰ ਵੀ ਜਿਹੜੇ ਐਗਜ਼ਾਮਸ ਹੈਗੇ ਉਹਦੀ ਪ੍ਰੈਪਰੇਸ਼ਨ ਕਰ ਰਿਹਾ ਸੀ ਕਿਉਂਕਿ ਮੈਨੂੰ ਵੀ ਮਾਸਟਰਸ ਕਰਨ ਦਾ ਬੜਾ ਸ਼ੌਂਕ ਚੜਿਆ ਸੀ ਇੱਕ ਟਾਈਮ ਤੇ। ਤੇ ਉਦੋਂ ਮੈਂ ਦੇਖਿਆ ਆਪਣੇ ਪੰਜਾਬ ਦੇ ਸਟੂਡੈਂਟਸ ਤੇ ਜਿਹੜੇ ਬੰਬੇ ਦੇ ਸਟੂਡੈਂਟਸ, ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਸੀ ਨਾ, ਉਹਨਾਂ ਦੇ ਸਟੂਡੈਂਟਸ ਨੂੰ ਪਤਾ ਸੀ ਕਿ ਉਹ ਕਰਨ ਕੀ ਜਾ ਰਹੇ ਆ। ਉਹਨਾਂ ਨੇ ਆਇਲਸ ਦੀ ਜਾਂ GRE ਦੀ ਕੋਈ ਵੀ ਪ੍ਰੈਪਰੇਸ਼ਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਨੇ ਅੱਗੇ ਜਾ ਕੇ ਕੋਰਸ ਕਿਹੜਾ ਲੈਣਾ ਵਾ, ਉਸ ਤੋਂ ਬਾਅਦ ਉਹਦਾ ਫਿਊਚਰ ਕੀ ਗਾ ਵਾ। ਪੰਜਾਬ ਦੇ ਬੱਚੇ ਦਾ ਡਿਫਰੈਂਸ ਇਹੀ ਆ ਜਾਂਦਾ, ਪੰਜਾਬ ਦੇ ਬੱਚੇ ਨੂੰ ਖੁਦ ਨੂੰ ਕੁਛ ਨਹੀਂ ਪਤਾ ਮੈਂ ਕਰਨਾ ਕੀ ਆ। ਉਹ ਆਇਲਸ ਦੇ ਸੈਂਟਰ ਤੇ ਜਾਂਦਾ ਵਾ, ਪਹਿਲਾਂ ਆਇਲਸ ਵਗੈਰਾ ਕਰ ਲਿਆ, ਜਦੋਂ ਫਾਈਲ ਲਗਾਉਣੀ ਹੁੰਦੀ ਆ ਉਦੋਂ ਜਾ ਕੇ ਉਹਨਾਂ ਨੂੰ ਪੁੱਛਦਾ ਵਾ ਕਿ ਹੁਣ ਮੈਂ ਜਾ ਕੇ ਉੱਥੇ ਕਰੂੰਗਾ ਕੀ। ਆਈ ਥਿੰਕ ਇਹ ਜਿਹੜਾ ਡਿਫਰੈਂਸ ਆ ਨਾ ਦੱਸਦਾ ਵਾ ਅਲੱਗ ਕਰਕੇ ਕਿ ਬਾਕੀ ਸਟੇਟ ਦੇ ਜਿਹੜੇ ਬੱਚੇ ਗਿਆ ਉਹਨਾਂ ਦਾ ਵਿਜ਼ਨ ਕੀ ਆ ਤੇ ਆਪਣੀ ਸਟੇਟ ਦਾ ਵਿਜ਼ਨ ਕੀ ਆ। ਇਸੇ ਕਰਕੇ ਮੈਜੋਰਿਟੀ ਆਫ ਜਿਹੜੇ ਸਾਡੇ ਬੱਚੇ ਆ ਪੰਜਾਬ ਦੇ ਬੱਚੇ ਆ ਉਹ ਜਾ ਕੇ ਨਾ ਉਹ ਲੇਬਰ ਟਾਈਪ ਵਰਕ ਹੀ ਕਰਦੇ ਆ, ਚਾਹੇ ਕਾਰਪੈਂਟਰੀ ਦਾ ਦੇਖ ਲਓ, ਚਾਹੇ ਪੈਟਰੋਲ ਪੰਪਸ 'ਤੇ ਦੇਖ ਲਓ, ਹੋਟਲਾਂ 'ਚ ਲੱਗਣਾ ਹੋਇਆ ਦੇਖ ਲਓ, ਮੈਜੋਰਿਟੀ ਆਫ ਜਿਹੜੇ ਪੰਜਾਬੀ ਆ ਆਹੀ ਕੰਮ ਕਰ ਰਹੇ ਆ ਜਾਂ ਟਰੱਕ ਚਲਾ ਰਹੇ ਆ, ਟੈਕਸੀਆਂ ਚਲਾ ਰਹੇ ਆ। ਅਤੇ ਜਿਹੜੇ ਬਾਹਰ ਦੀ ਦੂਸਰੀ ਸਟੇਟਸ ਆ ਜਿੱਦਾਂ ਮੁੰਬਈ ਹੋ ਗਿਆ, ਬੈਂਗਲੋਰ ਹੋ ਗਿਆ, ਉਹਨਾਂ ਦੇ ਜਿਹੜੇ ਬੱਚੇ ਆ ਯੂ ਨੋ ਇੱਕ IT ਫੀਲਡ 'ਚ ਜਾ ਰਹੇ ਆ, ਕਿਸੇ ਹੋਰ ਵਧੀਆ ਵਧੀਆ ਫੀਲਡ 'ਚ ਜਾ ਰਹੇ ਆ, ਜੇ ਅਗਰ ਕਹਿ ਲਓ ਤਾਂ ਗਰੁੱਪ ਏ ਟਾਈਪ ਦੀਆਂ ਜੋਬ 'ਚ ਜਾ ਰਹੇ ਆ, ਸਾਡੇ ਜਿਹੜੇ ਪੰਜਾਬੀ ਗਰੁੱਪ ਬੀ ਜਾਂ ਗਰੁੱਪ ਸੀ ਦੀਆਂ ਟਾਈਪਸ ਦੇ ਵਿੱਚ ਜੋਬ 'ਚ ਜਾ ਰਹੇ ਆ। ਤੇ ਆਈ ਥਿੰਕ ਇਹ ਪ੍ਰੋਬਲਮੈਟਿਕਲ ਲੋਕਾਂ ਨੂੰ ਨਾ ਸੋਚਣਾ ਚਾਹੀਦਾ ਕਿ ਪਹਿਲਾਂ ਜਾਣਾ ਕਿਸ ਮਤਲਬ ਨਾਲ ਆ। ਬਿਲਕੁਲ ਵਿਕਰਮ, ਵਿਜ਼ਨ ਹੋਣਾ ਬਹੁਤ ਇੰਪੋਰਟੈਂਟ ਹੈ। ਮੈਂ ਇੱਕ ਐਗਜ਼ਾਮਪਲ ਦਊਂਗੀ ਕਿ ਮੇਰੇ ਆਪਣੇ ਰਿਲੇਟਿਵਸ ਦੇ ਵਿੱਚ ਦੇਅਰ ਇਜ਼ ਅ ਕਿਡ, ਹੀ ਵਾਸ ਸੋ ਗੁੱਡ ਐਟ ਹਿਸ ਵਿਜ਼ਨ ਨਾ ਕਿ ਉਹ ਜਦੋਂ ਗਏ ਕੈਨੇਡਾ, ਹੀ ਵਾਸ ਕਲੀਅਰ ਕਿ ਮੈਂ ਕੀ ਕਰਨਾ। ਉਹਨੇ ਉੱਥੇ ਜਾ ਕੇ ਕੈਨੇਡਾ ਜਾ ਕੇ ਬਹੁਤ ਅੱਛੀ ਸਟੱਡੀ ਕੀਤੀ ਔਰ ਉਹ ਇੰਨਾ ਅਵੇਅਰ ਸੀ ਕਿ ਉਹਨੇ ਆਪਣੇ ਹੀ ਕਾਲਜ ਦੇ ਵਿੱਚ ਇੰਟਰਨਸ਼ਿਪ ਕੀਤੀ। ਇੰਟਰਨਸ਼ਿਪ ਕਰਦੇ ਕਰਦੇ ਉਹਨੂੰ ਉਸੇ ਕਾਲਜ ਨੇ ਪਲੇਸਮੈਂਟ ਦੇ ਦਿੱਤੀ ਐਂਡ ਅੱਜ ਉਹ ਇੱਕ ਬਹੁਤ ਅੱਛੀ ਡੈਜ਼ਿਗਨੇਸ਼ਨ ਦੇ ਉੱਤੇ ਕੰਮ ਕਰ ਰਿਹਾ ਹੈ। ਸੋ ਮੇਰੇ ਕੋਲ ਪੰਜਾਬ ਦੇ ਵਿੱਚ ਵੀ ਇਹ ਬਹੁਤ ਸਟੂਡੈਂਟਸ ਨੇ ਜੋ ਬਹੁਤ ਵੈਲ ਸੈਟਲ ਨੇ, ਜਿਹਨਾਂ ਨੂੰ ਕੋਈ ਲੇਬਰ ਜੋਬ ਨਹੀਂ ਕਰਨੀ ਪੈ ਰਹੀ, ਵਾਈਟ ਕਾਲਰ ਜੋਬ ਦੀ ਸਟਾਰਟਿੰਗ 'ਚ ਲੱਗੇ ਨੇ।
then I have a girl student who jaandi bank de vich kaam kar rahi hai. So basically taadi apni mentality, apna mindset, education nu jo assi hamesha underestimate karde aa rahe hain, assi bol rahe ki assi ode base te hi baar ja rahe hain. ਤੇ ਜੇ ਸਾਡੀ ਮੈਂਟੈਲਿਟੀ ਪਹਿਲੇ ਹੀ ਕਲੀਅਰ ਰਹੇਗੀ, ਜੇ ਸਾਡਾ ਪੁਆਇੰਟ ਆਫ ਵਿਊ ਪਹਿਲੇ ਕਲੀਅਰ ਰਹੇਗਾ, ਅਸੀਂ ਬਹੁਤ ਈਜ਼ੀਲੀ ਸੈਟਲ ਹੋ ਸਕਦੇ ਹਾਂ. ਕਿਉਂਕਿ ਦੇਖੋ, ਜਾਣਾ ਨਾ ਜਾਣਾ ਇੱਕ ਬੰਦੇ ਦੀ ਆਪਣੀ ਸੋਚ ਹੈ, ਆਪਣੀ ਇੱਕ ਵਿਸ਼ ਹੈ. ਬਟ ਇੱਕ ਵਿਸ਼ ਨੂੰ ਅੱਛੇ ਤਰੀਕੇ ਨਾਲ ਪੂਰਾ ਕਰੋਗੇ ਤੇ ਉਹਦਾ ਬੈਨੀਫਿਟ ਵੀ ਜੋ ਹੈ ਤੁਹਾਨੂੰ ਜ਼ਿਆਦਾ ਮਿਲੇਗਾ. ਇਹਦੇ ਵਾਸਤੇ ਬਹੁਤ ਸਾਰੇ ਰਸਤੇ ਨੇ. ਇਹ ਨਹੀਂ ਹੈ ਕਿ ਬੱਚਾ ਆਪਣੇ ਆਪ ਨੂੰ ਅਵੇਅਰ ਨਹੀਂ ਕਰ ਸਕਦਾ. ਬੱਚਾ ਬਹੁਤ ਈਜ਼ੀਲੀ ਆਪਣੇ ਆਪ ਨੂੰ ਅਵੇਅਰ ਕਰ ਸਕਦਾ ਹੈ, ਬਟ ਸੋਚ ਬਦਲਣ ਦੀ ਬਹੁਤ ਲੋੜ ਹੈ. ਜੇ ਤੁਸੀਂ ਅੱਜ ਹੀ ਕਲਾਸ ਚ ਬੈਠ ਕੇ ਕਹਿ ਰਹੇ ਹੋ ਕਿ ਮੈਡਮ ਮੈਨੂੰ ਤਾਂ 5:30-6 ਬੈਂਡ ਚਾਹੀਦਾ ਜਾਣਾ, ਤੇ ਮੈਂ ਟਰੱਕ ਚਲਾਉਣੀ ਹੈ ਨਾ, ਫਿਰ ਤੁਸੀਂ ਕੀ ਕਰੋਗੇ? ਚਲੋ ਤੁਸੀਂ ਇੱਥੇ ਚਲਾ ਲਓ, ਰਾਈਟ? ਇਸ ਲਈ ਬਹੁਤ ਕਲੈਰਿਟੀ ਦੀ ਰਿਕੁਆਇਰਮੈਂਟ ਹੈ. ਹੁਣ ਪੇਰੈਂਟਸ ਦੀ ਚਲੋ ਮੈਂ ਸਮਝਦੀ ਹਾਂ, ਕਿਉਂਕਿ ਉਹਨਾਂ ਨੂੰ ਇੰਨਾ ਐਕਸਪੋਜ਼ਰ ਨਹੀਂ ਮਿਲਿਆ, ਰਾਈਟ? ਪੇਰੈਂਟਸ ਆਉਂਦੇ ਨੇ, ਉਹ ਸਾਡੇ ਤੇ ਟਰੱਸਟ ਕਰਦੇ ਨੇ ਕਿ ਮੈਡਮ ਜੋ ਤੁਸੀਂ ਕਹੋਗੇ ਅਸੀਂ ਉੱਦਾਂ ਕਰ ਲਾਂਗੇ. ਫਿਰ ਮੇਰਾ ਮਤਲਬ ਇਹ ਹੁੰਦਾ ਕਿ ਮੈਂ ਬੱਚੇ ਨਾਲ ਡਿਸਕਸ ਕਰਾਂ ਕਿ ਤੇਰੇ ਮਾਈਂਡ ਦੇ ਵਿੱਚ ਕੀ ਹੈ, ਪਰ ਉਹਨਾਂ ਦਾ ਮਾਈਂਡ ਹੀ ਬਲੈਂਕ ਹੁੰਦਾ. ਇਸੇ ਤਰੀਕੇ ਨਾਲ ਮੈਨੂੰ ਯਾਦ ਹੈ ਜਦੋਂ ਮੇਰੀ ਟ੍ਰੇਨਿੰਗ ਹੋ ਰਹੀ ਸੀ, ਮੇਰੇ ਕੋਲ ਇੱਕ ਬਹੁਤ ਹਾਈ ਲੈਵਲ ਆਫਿਸਰ ਸੀਗੇ. ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਨਾ ਨੌਰਥ ਦੇ ਬੱਚਿਆਂ ਦੇ ਇੰਟਰਵਿਊ ਲੈਣੀ ਇੰਨੀ ਪਸੰਦ ਨਹੀਂ ਹੈ, ਔਰ ਬੀਂਗ ਅ ਨੌਰਥ ਇੰਡੀਅਨ ਇਹ ਚੀਜ਼ ਹਰਟ ਕਰਦੀ ਹੈ, ਰਾਈਟ? ਕਿਉਂਕਿ ਤੁਸੀਂ ਆਪਣੀ ਪੰਜਾਬੀਅਤ ਨੂੰ ਲੈ ਕੇ ਯੂ ਆਰ ਵੈਰੀ ਹੈਪੀ, ਵੈਰੀ ਪ੍ਰਾਊਡ ਆਫ ਦੈਟ. ਤੇ ਜਨਰਲੀ ਮੈਂ ਪੁੱਛਿਆ, ਮੈਂ ਕਿਹਾ ਵਾਈ? ਸੇਮ ਜਿਵੇਂ ਤੁਸੀਂ ਮੈਨੂੰ ਆਪਣੀ ਸਟੋਰੀ ਦੱਸੀ, ਉਹਨਾਂ ਦਾ ਵੀ ਸੇਮ ਰਿਪਲਾਈ ਸੀ ਕਿ ਇੱਥੋਂ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਕਰਨਾ ਕੀ ਹੈ. ਕਹਿੰਦੇ ਇੱਥੇ ਮੈਂ ਕਿਸੇ ਸਾਊਥ ਦੇ ਬੱਚੇ ਦੀ ਇੰਟਰਵਿਊ ਲਾਊਂਗਾ ਨਾ, ਹੀ ਵਿਲ ਬੀ ਵੈਰੀ ਕਲੀਅਰ ਕਿ ਮੈਂ ਇਹ ਕਰਨਾ ਜਾ ਰਹਾ ਹੂੰ, ਇਹ ਮੇਰਾ ਡਿਗਰੀ ਹੈ, ਇਸਕੇ ਬਾਅਦ ਇਹ ਮੇਰਾ ਪਲਾਨ ਹੈ, ਔਰ ਇਹ ਮੇਰਾ ਸੈਟਲਮੈਂਟ ਪਲਾਨ ਹੈ. ਔਰ ਯਹਾਂ ਕੇ ਬੱਚੋਂ ਕੋ ਕੋਈ ਆਈਡੀਆ ਹੀ ਨਹੀਂ ਹੈ, ਉਹਨੇ ਨਹੀਂ ਪਤਾ ਕਿਉਂਕਿ SOP ਮੇ ਜੋ ਲਿਖਾ ਹੈ ਵੋ ਕਿਆ ਲਿਖਾ ਹੈ, ਕਿਉਂ ਲਿਖਾ ਹੈ, ਬਿਕੋਜ਼ ਉਹਨਾਂ ਨੇ ਕਭੀ ਪਾਰਟੀਸਿਪੇਟ ਹੀ ਨਹੀਂ ਕੀਆ. ਤੋ ਇਸੀ ਵਜ੍ਹਾ ਸੇ ਕਈ ਵਾਰੀ ਬੱਚੇ ਇੰਟਰਵਿਊ ਸੀ ਕਲੀਅਰ ਨਹੀਂ ਕਰ ਪਾਤੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ SOP ਚ ਕੀ ਲਿਖਿਆ, ਕੀ ਲਿਖਵਾਇਆ, ਕਿਉਂਕਿ ਇੰਟਰਸਟ ਹੀ ਨਹੀਂ ਹੈਗਾ. ਤੇ ਉਹ ਜਦੋਂ ਬਾਹਰ ਦੇ ਲੋਕ ਪੁੱਛਦੇ ਨੇ, ਬਲੈਂਕ ਹੋ ਜਾਂਦੇ ਨੇ. ਇਹ ਚੀਜ਼ਾਂ ਨੇ ਆਹੀ ਗੱਲ ਹੈ ਨਾ ਕਿ ਜਿਹੜੇ ਸਾਡੇ ਸਟੂਡੈਂਟਸ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪਹਿਲੀ ਗੱਲ ਜਦੋਂ ਫਾਈਲ ਲਗਾਉਂਦੇ, ਉਹਨਾਂ ਨੂੰ ਕੁਛ ਨਹੀਂ ਪਤਾ ਕਿ SOP ਕੀ ਆ, ਹੋਰ ਕਿਹੜੀ ਕਿਹੜੀ. ਬਸ ਉਹਨਾਂ ਨੂੰ ਏਜੰਟ ਦੱਸ ਦਿੰਦੇ ਕਿ ਅਸੀਂ SOP ਬਣਾਉਣੀ ਆ, ਇੰਨੇ ਪੈਸੇ ਦੇ ਦਿਓ, ਇਸ ਤੋਂ ਬਾਅਦ ਅਸੀਂ ਇੰਨੇ ਪੈਸੇ ਲਵਾਂਗੇ ਇਹਨਾਂ ਨੂੰ. ਇਸ ਤੋਂ ਇਲਾਵਾ ਉਹਨਾਂ ਨੂੰ ਕੁਛ ਨਹੀਂ ਪਤਾ ਕਿ SOP ਦੇ ਵਿੱਚ ਕੀ ਆ. ਹੁਣ ਜਿੱਦਾਂ ਜਿਹੜੇ ਮੇਰੇ ਨਾਲ ਜਿਹੜੇ ਹੈਗੇ ਸੀ ਮੁੰਬਈ ਦੇ ਵਿੱਚ ਹੈਗੇ ਸੀ ਜਿਹੜੇ ਫਰੈਂਡ ਸੀ, ਸੋ ਉਹਨਾਂ ਦੀ ਜਦੋਂ ਮੈਂ SOP ਪੜ੍ਹ ਰਿਹਾ ਸੀ ਨਾ, ਤੇ ਉਸਦੇ ਵਿੱਚ ਮੈਨੂੰ ਨਾ ਇੱਕ ਹਰ ਇੱਕ SOP ਦੇ ਵਿੱਚ ਇੱਕ ਡਿਫਰੈਂਟ ਥੋਟ ਦਿਖ ਰਿਹਾ ਸੀ. ਉਹਨਾਂ ਦਾ ਵਿਜ਼ਨ ਦਿਖ ਰਿਹਾ ਸੀ, ਉਹਨਾਂ ਦਾ ਗੋਲ ਦਿਖ ਰਿਹਾ ਸੀ ਕਿ ਲਾਈਫ ਦੇ ਵਿੱਚ ਉਹਨਾਂ ਦੇ ਗੋਲ ਕੀ ਆ. ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਵਾ, ਜਿਹੜੇ SOP ਆ ਨਾ, ਉਹ ਆਈ ਥਿੰਕ ਜਿਹੜੇ ਏਜੰਟਸ ਵਾਲੇ ਹੁੰਦੇ ਆ ਨਾ, ਉਹਨਾਂ ਨੇ ਇੱਕ ਹੀ ਬਣਾ ਕੇ ਰੱਖੀ ਹੋਈ ਆ, ਉਹ ਸਾਰੇ ਕਾਪੀ ਪੇਸਟ ਕਰਦੇ ਦਿੰਦੇ ਆ ਕਿ ਮਤਲਬ ਅੱਜ ਇਸ ਸਟੂਡੈਂਟ ਦੀ ਫਾਈਲ ਲਾਉਣੀ ਆ, ਉਸ ਦੀ ਕਾਪੀ ਪੇਸਟ ਕਰਕੇ ਭੇਜ ਦਿਓ, ਆ ਗਿਆ ਵੀਜ਼ਾ ਤੇ ਵੈਲ ਐਂਡ ਗੁੱਡ ਆ, ਨਹੀਂ ਆਇਆ ਤੇ ਯੂ ਨੋ ਫਿਰ ਪੈਸੇ ਤਾਂ ਉਹਨਾਂ ਨੇ ਕਮਾ ਹੀ ਲਏ ਆ. ਤੇ ਇਹੀ ਚੀਜ਼ ਆਈ ਥਿੰਕ ਸਟੂਡੈਂਟਸ ਨੂੰ ਸੋਚਣੀ ਪਏਗੀ ਕਿ ਅਗਰ ਆਹ ਵਾਲੀਆਂ ਚੀਜ਼ਾਂ ਹੈਗੀਆਂ, ਅਗਰ ਆਪਾਂ ਬੇਸਿਕਸ ਦੀ ਗੱਲ ਕਰੀਏ ਕਿ ਆਹ ਵਾਲੀਆਂ ਚੀਜ਼ਾਂ ਨੂੰ ਬਹੁਤ ਜਾਣਨੀਆਂ ਜ਼ਰੂਰੀ ਆ ਕਿ SOP ਦੇ ਵਿੱਚ ਕੀ ਲਿਖਿਆ ਵਾ, ਉਹਨਾਂ ਦਾ ਗੋਲ ਕੀ ਹੈਗਾ ਵਾ, ਕਿਉਂਕਿ PR ਦੇ ਵਿੱਚ ਵੀ ਆਈ ਥਿੰਕ ਇਹੀ ਚੀਜ਼ ਜਿਹੜੇ ਨੰਬਰਸ ਹੈਗੇ ਕਾਊਂਟ ਕਰਦੇ ਆ ਕਿ ਤੁਸੀਂ ਯੂ ਨੋ ਆਪਣੀ ਆਫਟਰ ਕਾਲਜ ਕੀ ਕਰਨਾ ਚਾਹੋਗੇ. ਤੇ ਅਗਰ ਤੁਹਾਡੇ ਨੰਬਰ ਵਧੀਆ ਹੁੰਦੇ ਫਿਰ ਹੀ ਤੁਹਾਨੂੰ PR ਮਿਲੇਗੀ, ਨਹੀਂ ਤੇ ਫਿਰ ਤੁਸੀਂ ਉਹੀ 2-3 ਸਾਲ ਟਰੱਕ ਚਲਾ ਕੇ ਤੇ ਵਾਪਸ ਆ ਜਾਓਗੇ. ਜਦੋਂ ਅਸੀਂ PR ਦੀ ਗੱਲ ਕਰਦੇ ਹਾਂ ਨਾ, PR ਦੇ ਵਿੱਚ ਖੈਰ ਕੋਈ SOP ਨਹੀਂ ਹੁੰਦੀ ਹੈ, ਬਿਕੋਜ਼ ਤੁਹਾਡਾ ਸਟੱਡੀ, ਤੁਹਾਡਾ ਵਰਕ ਐਕਸਪੀਰੀਅੰਸ SOP ਦੀ ਤਰ੍ਹਾਂ ਹੀ ਕੰਮ ਕਰਦਾ ਹੈ. ਕਿਉਂਕਿ ਤੁਸੀਂ ਦੱਸਦੇ ਹੋ ਤੁਸੀਂ ਇੰਨੀ ਪੜ੍ਹਾਈ ਕੀਤੀ ਹੈ, ਫੀਲਡ ਸੀ ਅੱਗੇ, ਇਸ ਫੀਲਡ 'ਚ ਤੁਸੀਂ ਕੰਮ ਕੀਤਾ ਹੈ, ਤੇ ਆਈਸ ਦੇ ਵਿੱਚ ਤੁਹਾਡੇ 8 ਬੈਂਡ ਨੇ, ਤੇ ਤੁਸੀਂ ਆਪਣਾ ਸਾਰਾ ਕੁਝ ਆਲਰੇਡੀ ਪਰੂਫ ਕਰ ਰਹੇ ਹੋ, ਰਾਈਟ? ਪਰ ਇੱਕ ਉਹ ਬੱਚਾ ਜੋ 12ਵੀਂ ਤੋਂ ਬਾਅਦ ਜਾ ਰਿਹਾ ਹੈ, ਈਵਨ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਰਿਹਾ, ਉਹਦਾ ਇੱਕ ਵਿਜ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ. ਹੁਣ SOP ਦੇ ਵਿੱਚ ਨਾ ਅਸੀਂ ਬਹੁਤ ਕਾਮਨ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਅਸੀਂ ਇੰਡੀਆ ਕਿਉਂ ਛੱਡ ਰਹੇ ਹਾਂ, ਅਸੀਂ ਬਾਹਰ ਹੀ ਕਿਉਂ ਜਾ ਰਹੇ ਹਾਂ, ਅਸੀਂ ਇਹ ਕਾਲਜ ਹੀ ਕਿਉਂ ਚੂਜ਼ ਕਰ ਰਹੇ ਹਾਂ, ਕਿ ਇਹਦੇ 'ਚ ਇੰਡੀਆ 'ਚ ਇਹ ਚੀਜ਼ਾਂ ਅਵੇਲੇਬਲ ਨਹੀਂ ਹੈ, ਇਹ 'ਚ ਹੈ ਤਾਂ ਵੀ ਕਿਉਂ ਛੱਡ ਕੇ ਜਾ ਰਹੇ ਹਾਂ. ਹੁਣ ਇਹਦਾ ਆਨਸਰ ਤਾਂ ਤੇਰਾ ਹੀ ਹੋਊਗਾ ਨਾ, ਮੇਰਾ ਹੀ ਹੋਊਗਾ ਕਿ ਮੇਰਾ ਇੱਕ ਆਪਣਾ ਵਿਜ਼ਨ ਹੈ, ਤੇਰਾ ਇੱਕ ਆਪਣਾ ਵਿਜ਼ਨ ਹੈ. ਜੋ ਏਜੰਸੀ ਤੁਸੀਂ ਗੱਲ ਕਰ ਰਹੇ ਹੋ ਉਹ ਕੀ ਕਰਦੇ ਨੇ, ਉਹਨਾਂ ਕੋਲ ਟੈਂਪਲੇਟਸ ਹੁੰਦੇ ਨੇ. ਉਹ ਵਿਕਰਮ ਆਇਆ ਤੇ ਉਹਨੇ ਵਿਕਰਮ ਦੀ ਬੇਸਿਕ ਇਨਫੋਰਮੇਸ਼ਨ ਲਿਖ ਕੇ ਉਹ ਟੈਂਪਲੇਟ 'ਚ ਪਾਤਾ. ਜੈਸਮਿਨ ਆਈ ਤੇ ਜੈਸਮਿਨ ਇਨਫੋ ਲੈ ਕੇ ਉਹਨਾਂ ਨੇ ਟੈਂਪਲੇਟ 'ਚ ਪਾਤੀ, ਤੇ ਉਹ ਬੋਲਦਾ ਨੀ. ਬੱਚੇ ਇਹ ਨੀ ਸਮਝ ਰਹੇ ਕਿ ਜਦੋਂ ਤੁਸੀਂ ਅਬਰੋਡ ਜਾਣਾ ਹੈ ਨਾ, ਜਦੋਂ ਤੁਸੀਂ ਕਾਲਜ ਐਡਮਿਸ਼ਨ ਲੈਂਦੇ, ਤੁਹਾਨੂੰ ਆਪਣੇ ਬਾਰੇ ਇੱਕ ਐਸੇ ਲਿਖ ਕੇ ਦੇਣਾ ਹੁੰਦਾ. ਉਹ ਐਸੇ ਤੁਸੀਂ ਕਿਵੇਂ ਲਿਖੋਗੇ ਜੇ ਤੁਸੀਂ ਆਪਣੇ ਆਪ ਨੂੰ ਕਦੀ ਜਾਣਿਆ ਹੀ ਨੀ, ਪਛਾਣਿਆ ਹੀ ਨਹੀਂ? ਹੁਣ ਜਦੋਂ ਬੱਚੇ ਬਾਹਰ ਚਲੇ ਜਾਂਦੇ ਨੇ, ਤੁਸੀਂ ਸਰਪ੍ਰਾਈਜ਼ ਹੋਵੋਗੇ ਜਾਣ ਕੇ ਕਿ ਬਾਹਰ ਵੀ ਬੱਚਿਆਂ ਦਾ ਬਿਜ਼ਨਸ ਕੀ ਚੱਲ ਰਿਹਾ. ਜੋ ਅੱਛੀ ਕਮਿਊਨੀਕੇਸ਼ਨ ਦਾ ਕਮਾਂਡ ਰੱਖਦੇ ਨੇ, ਤੁਹਾਡੇ ਲਈ ਐਸੇਜ਼ ਲਿਖਦੇ ਨੇ, ਪ੍ਰੋਜੈਕਟਸ ਲਿਖਦੇ ਨੇ, ਕਿਉਂਕਿ ਬਾਹਰ ਪਲੇਜਰਿਜ਼ਮ ਨਹੀਂ ਝੇਲਦੇ, ਰਾਈਟ? ਤੁਸੀਂ ਕੱਟ ਕਾਪੀ ਪੇਸਟ ਕਰੋਗੇ, ਉਹਨਾਂ ਨੂੰ ਪਤਾ ਲੱਗ ਜਾਏਗਾ. ਤੇ ਆਪਣੀ ਹੁਣੇ ਤੋਂ ਇਹਨਾਂ ਕਾਬਿਲ ਕਿਉਂ ਨਾ ਬਣਾ ਲਿਆ ਜਾਏ ਕਿ ਸਾਨੂੰ ਇਹੋ ਜਿਹੀ ਮੁਸ਼ਕਿਲਾਂ ਦਾ ਸਾਹਮਣਾ ਹੀ ਨਾ ਕਰਨਾ ਪਵੇ.
बहुत सारी ऑफिशियल वेबसाइट्स ने हर जगह इन्फॉर्मेशन बहुत डिस्प्लेड है, बट एक तो बस सारी नीयत है जो तुसी अपने आप नु सेल्फ अवेयर करना चाहो तो रस्ते बहुत ज्यादा ने। इतने मैं तुम्हें सिर्फ एक क्वेश्चन पूछना चाहूंगा कि जिदा अगर सपोज मैं ही हाँ, अगर सपोज मैं समझदा कंसीडर करता कि मैं 12th पास हाँ इस वक्त, ठीक है, हूँ अगर सपोज मैं कोई फाइल अपलाई करता वहाँ, ठीक है, तो फिर मैं कि चीज़ों का ध्यान रखना पवेगा कि मैं यू नो खुद पता लगता रहे कि मेरा जो प्रोसेस सही चल रहा कि नहीं चल रहा, कि मेरे ना एजेंट धोखा तो नहीं कर रहा, सो इस चीज़ को मैं कि फाइंड आउट कर सकता। देखो विक्रम, जे ते कोई भी बच्चा बाहर जाना चाहता स्पेशली आफ्टर 12th, पहले तो अपनी 12th की परसेंटेज से भी ध्यान रखें, क्योंकि जे परसेंटेज जितनी बेटर होगी उतने ज्यादा गेट्स ओपन होंगे। सेकेंड आइल्स अज के टाइम ओवरऑल 6.5 विद नो लेस देन 6 रिक्वायरमेंट तो है ही है, बट बच्चे नु ऐसा समझना जरूरी है जिवें असीं इंग्लिश च कहिंदे आ मोर द मेरियर, जिन्ने बेटर बैंड आंदे ने उन्नी ही नाली कॉलेज इन यूनिवर्सिटीज जो है ओपन हो जाती है। सेल्फ अवेयर होने लई इदां याद रखना एक चीज आंदी है अंडर SPP जिन्हों कहिंदे आ आपां DLI कहिंदे आ डेजिग्नेटेड लर्निंग इंस्टीट्यूशन, जे तुसीं इन्हां दे अंडर जो लिस्ट है कॉलेजेस दी ओहदे थ्रू जाने हो तो तुहाडा वर्क परमिट बहुत ईजी हो जाता है। और ये लिस्ट आपको एक ऑफिशियल वेबसाइट है cic.gc.ca, ठीक है, तो यहाँ पे आपको हर तरह की इंफॉर्मेशन है, आपको स्टेप्स की जनरल जानकारी होनी मतलब बहुत जरूरी है, क्योंकि देखो ताड़ा पहला जो स्टेप होता हमेशा ताड़ी 12वीं दे नंबर जो ताड़े आईज ने, ठीक है, उस तो बाद ताड़ी DMCs हो गया, ताड़ी ट्रांसक्रिप्ट हो गए, जो तो ताड़े को ए सब कुछ होंगे ना, तुसी कॉलेज की वेबसाइट पे जाओ उसे इंटरनेशनल स्टूडेंट का बकायदे कॉलम बने होंगे, उस कॉलम के अंदर लिखे होंगे कि जो इन्ने बैंड आएंगे अप्लाई कर सकते हो, इन्नी परसेंटेज वाला अप्लाई कर सकता है, तो उतोड़ी ऑफर लेटर अप्लाई हो जाती है। हुन ऑफर लेटर भी दो तरह की होंगी, एक होंगी कंडीशनल एक होंगी नॉन कंडीशनल। जिहड़ी कंडीशनल ऑफर लेटर है हो सकता है कि इस बच्चे ने एक बैंड एक मॉड्यूल च 5.5 बैंड है, ही और शी नीड्स टू रिपीट इट एलिजिबल होएगा। जो ताड़ी कोई कंडीशन नहीं आती है तो उस तो बाद मतलब ताड़ा LOA आ जाता है लेटर ऑफ एक्सेप्टेंस। यहाँ तक कि तो हर चीज आप वेबसाइट पे आराम से पढ़ सकते हो। जे ताड़ा लेटर ऑफ एक्सेप्टेंस आ जाता है उस तो बाद ताड़ी वक्री स्टेप शुरू हो जाते हैं, जिवें फिर तुसी मेडिकल वास्ते अप्लाई करते हो, उस तो बाद ताड़ा GIC जे कैनेडा की स्पेसिफिकली गल करिए GIC अकाउंट खुलता है ताकि तुसी अपनी सेविंग्स थोड़ी उन्हें शो कर सको, तुसी एक साल की फीस पे करनी होंदी है। यह सारे के सारे स्टेप्स जो ताड़ी ऑफिशियल वेबसाइट है उसके अंडर कैटेगरीज डिवाइडेड ने, वेन टू अप्लाई, हाउ टू अप्लाई, इफ यू आर एलिजिबल और नॉट। तो अगर आप अच्छे से वहां पढ़ोगे और आपने जिस भी कॉलेज पे जाना है उसकी वेबसाइट पे आप जाओगे तो आपको इजिली हर स्टेप क्लियर हो जाएगा। आप काउंटर क्वेश्चन कर सकोगे अपने एजेंट को कि वाई दिस, असि कभी काउंटर क्वेश्चन नहीं करते, पर तुसी देखो जे तुसी किसे नु भी काउंटर क्वेश्चन करदे हो ना अगला तुहानू पागल नहीं बना पांदा, क्यों, क्योंकि उन्हें पता है कि मेरा जो क्लाइंट है ए सेल्फ अवेयर्ड है, ए मैनू फड़ लेगा। कंप्यूटर साइंस ले लिया, किसी ने यू नो IT दी फील्ड ले ली, वह भी उत्थे जाके देखदा वा बाद विच की उसको टाइम नहीं मिल रहा कि यू नो कि काम पैसे नहीं कमाए जा सकते क्योंकि पढ़ना भी पैंदा वा, सो उत्थे जाके सब्जेक्ट जिहड़ा बदल लैंदे आ। लेट सपोज इत्थे नॉन मेडिकल पढ़ के गया बंदा, उत्थे जाके आर्ट्स वाले सब्जेक्ट कोई लै रहा, तो यह कितने प्रॉब्लम क्रिएट कर सकते उसदी PR दे विच या नहीं? विक्रम जरूरी नहीं है, देखो ये सब तो ज्यादा प्रॉब्लम क्रिएट पहले ही जे मैं पहले की गल करा तो यह होंगे कि तुसी फील्ड कोई किता तुसी अगे कोई होर फील्ड फड़ रहे हो, ठीक है, हाँ बाहर जाके कुछ ऐसे कोर्सेस ने जिन्हां लई PR ईजी होंगी है क्योंकि ऑक्यूपेशन डिमांड दे विच होंगे ने, बाकी जरूरी नहीं है क्योंकि जो असं PR की फाइल लाने असं कई बार की नॉन मेडिकल होंगी है अगे जाके असं पढ़ाई कोई होर की है, वर्क एक्सपीरियंस साढ़ा 3-4 साल कोई होर है, क्योंकि जो तुम 3-4 साल किसी फील्ड च काम करते हो तुम उसे महारत हासिल ले लेंगे, राइट, तो मनिया जाता है कि हाँ तुम उस चीज की नॉलेज है, पर इन्नी टुटवी चीज वैसे भी अच्छी नहीं होंगी है। बच्चों सब्जेक्ट जो है वो इतो आप फाइनलाइज करना इंपॉर्टेंट है, जिम्मे जो ताड़ा बैकग्राउंड होटल मैनेजमेंट का है तुम पता है अंदर नंबर ऑफ डिफरेंट कोर्सेज से तुम बहुत कुछ सीख सकते हो, एक पर्टिकुलर चीज को फड़ के उसकी डिग्री कर सकते हो, ये चीज सेल्फ एनालाइज करनी इंपॉर्टेंट है, क्योंकि जितने तक नहीं टाइम की गल विक्रम कोई भी चीज ईजी नहीं है, असी आर्ट्स की भी गल करिए आर्ट्स विच इन्ना कुछ है वो भी ईजी नहीं है, साइकोलॉजी है पॉलिटिकल साइंस है बहुत सारी और चीजा ने जिन्होंने पढ़ने लिए एफर्ट चाहिए ही चाहिए है,
ਬੱਚਿਆਂ ਨੂੰ ਸਮਝਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਜਾ ਰਹੇ ਹੋ ਤੁਹਾਡਾ ਮੋਟੋ ਸਿਰਫ ਕਮਾਈ ਕਰਨਾ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਦੇਖ ਰਹੇ ਹੋ ਕਿ ਯਾਰ ਮੈਨੂੰ ਇੰਨੇ ਆਵਰਸ ਅਲਾਊਡ ਨੇ, ਫਿਰ ਪੰਜਾਬ ਦੇ ਬੱਚੇ ਇਹ ਬਹੁਤ ਟਰੁੱਥ ਹੈ ਕਿ ਕਿਤੇ ਨਾ ਕਿਤੇ ਅੰਡਰ ਦੇ ਟੇਬਲ ਕੰਮ ਕਰ ਰਹੇ ਨੇ, 24-24 ਘੰਟੇ ਦਿਨ ਚ ਕੰਮ ਕਰ ਲੱਗੇ ਹੋਏ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਜ਼ੀਲੀ ਕਮਾ ਲਾਂਗੇ। ਮੈਂ ਸਮਝਦੀ ਹਾਂ, ਮੈਂ ਸਪੇਨ ਨੂੰ ਸਮਝ ਰਹੀ ਹਾਂ ਕਿ ਬਹੁਤ ਉਧਾਰ ਚੁੱਕੇ ਹੁੰਦੇ ਨੇ, ਕਰਜ਼ੇ ਹੁੰਦੇ ਨੇ, ਲੋਨ ਹੁੰਦੇ ਨੇ, ਬਟ ਚੀਜ਼ਾਂ ਜਦ ਤੱਕ ਵੈਲ ਪਲਾਨਡ ਨਹੀਂ ਹੁੰਦੀਆਂ ਨਾ ਕੋਈ ਕੰਮ ਨਹੀਂ ਆਉਂਦੀਆਂ। ਹੁਣ ਬੱਚੇ ਉੱਤੇ ਸਿਰਫ ਟਰੈਕਿੰਗ ਕਰ ਰਹੇ ਨੇ, ਟਰੈਕਿੰਗ ਮੈਂ ਕੋਈ ਕਿਸੇ ਚੀਜ਼ ਨੂੰ ਮੈਂ ਮਾੜਾ ਨਹੀਂ ਕਹਿੰਦੀ ਕਿਉਂਕਿ ਹਰ ਜੋਬ ਜੋਬ ਹੈ, ਬਟ ਜੋਬ ਦੇ ਨਾਲ ਨਾਲ ਫੈਮਿਲੀ ਹੋਣਾ, ਇਮੋਸ਼ਨਲ ਬੈਲੈਂਸ ਹੋਣਾ ਵੀ ਬਹੁਤ ਇੰਪੋਰਟੈਂਟ ਹੈ। ਉਹ ਪੰਜਾਬ ਦੇ ਬੱਚੇ ਜਾਂ ਕੋਈ ਵੀ ਬੱਚਾ ਜੋ ਓਵਰਸੀਜ਼ ਜਾ ਰਿਹਾ ਕਈ ਵਾਰੀ ਨਹੀਂ ਹਾਸਲ ਕਰ ਪਾਉਂਦਾ, ਇਹਦੇ ਕਰਕੇ ਬੱਚਾ ਡਿਪਰੈਸ ਵੀ ਹੋ ਜਾਂਦਾ ਹੈ, ਲੋਨਲੀ ਫੀਲ ਕਰਦਾ ਹੈ, ਫਿਰ ਕਈ ਵਾਰੀ ਸੁਸਾਈਡਲ ਕੇਸਿਸ ਵੀ ਅਸੀਂ ਦੇਖਦੇ ਹਾਂ ਅਸੀਂ, ਕਿਉਂਕਿ ਮੇਰਾ ਲਿੰਕ ਹੈ ਤੇ ਮੈਨੂੰ ਪਤਾ ਉੱਥੇ ਕੀ ਚੀਜ਼ਾਂ ਚੱਲ ਰਹੀਆਂ ਨੇ, ਰਾਈਟ। ਤੇ ਇਹਦੇ ਵਾਸਤੇ ਵੈਲ ਪਲਾਨਡ ਹੋ ਕੇ ਜਾਣਾ ਬਹੁਤ ਇੰਪੋਰਟੈਂਟ ਹੈ। ਆਪਣੇ ਸਬਜੈਕਟ ਨੂੰ ਆਪਣੇ ਇੰਟਰਸਟ ਵਾਈਜ਼ ਚੂਜ਼ ਕਰੋ, ਉਹ ਕਰੋਗੇ ਤਾਂ ਹੋ ਸਕਦਾ ਹੈ ਅਰਨਿੰਗ ਓਪਰਚੁਨਿਟੀਜ਼ ਤੁਹਾਡੇ ਕੋਲ ਬੈਟਰ ਆ ਜਾਏ। ਜੋ ਤੁਸੀਂ 18 ਘੰਟੇ ਚ ਕਮਾ ਰਹੇ ਹੋ, ਤੁਸੀਂ 4 ਘੰਟੇ ਚ ਕਮਾ ਲਓ। ਇਸ ਲਈ ਯੈਸ, ਸਬਜੈਕਟ ਵਧੀਆ ਤਰੀਕੇ ਨਾਲ ਚੂਜ਼ ਕਰਕੇ ਜਾਓ, ਰਿਐਲਿਟੀ ਚੈੱਕ ਹੋਣਾ ਬਹੁਤ ਇੰਪੋਰਟੈਂਟ ਹੈ। ਆਪਣੇ ਆਪ ਨੂੰ ਆਲਰੇਡੀ ਉਸ ਚੀਜ਼ ਦੇ ਅਕੋਰਡਿੰਗਲੀ ਐਕਸੈਪਟੈਂਸ ਲੈ ਕੇ ਜਾਓ ਕਿ ਮੈਂ ਜਾਣਾ ਹੈ, ਮੈਂ ਇਹ ਪੜ੍ਹਨਾ ਹੈ, ਮੈਂ ਇਸ ਤਰੀਕੇ ਨਾਲ ਚੀਜ਼ ਕਰਨੀ। ਆਈ ਥਿੰਕ ਜਿਹੜਾ ਇੱਥੇ ਮੈਂ ਐਡ ਕਰੂੰਗਾ ਕਿ ਜਿੱਦਾਂ ਪੰਜਾਬ ਦੇ ਬੱਚੇ ਨਾ ਸ਼ਾਰਟ ਵਿਜ਼ਨ ਦੇ ਨਾਲ ਜਾਂਦੇ ਆ, ਲੈਟਸ ਸਪੋਜ਼ ਜਿਹੜੇ ਬੱਚੇ ਚੱਲ ਗਏ ਆ ਪਲੱਸ ਟੂ ਕਰਕੇ, ਹੈ ਨਾ, ਤੇ ਉਹ ਲੱਗਦਾ ਉਹਨਾਂ ਨੂੰ ਕਿ ਪਹਿਲੀ ਗੱਲ ਤਾਂ ਸਾਡਾ ਟਾਰਗੇਟ ਆ ਫੀਸਾਂ ਕੱਢਣੀਆਂ ਨੇ, ਮੈਕਸੀਮਮ ਕਿ ਸਾਡੀਆਂ ਫੀਸਾਂ ਕੱਢਣੀਆਂ ਨੇ, ਉਸ ਤੋਂ ਬਾਅਦ ਜਿਹੜੇ ਘਰਦਿਆਂ ਨੇ ਕਰਜ਼ਾ ਲਿਆਉਂਦਾ ਵਾ, ਜਿਹੜੀ ਪਹਿਲੀ ਫੀਸ ਉਤਾਰੀ ਹੁੰਦੀ ਆ ਉਸ ਨੂੰ ਕਲੀਅਰ ਕਰਨਾ ਵਾ, ਤੇ ਉਸ ਦੇ ਵਿੱਚ ਕੀ ਆ ਕਿ ਨਿਆਣੇ ਮੈਜੋਰਿਟੀ ਆਫ ਜਿਹੜੇ ਬੱਚੇ ਹੁੰਦੇ ਆ ਉਹ ਮੈਕਸੀਮਮ ਵਰਕ ਦੇ ਵਿੱਚ ਹੀ ਆਪਣਾ ਫੋਕਸ ਕਰਨਾ ਸਟਾਰਟ ਕਰ ਦਿੰਦੇ ਆ, ਆਪਣੀ ਪੜ੍ਹਾਈ ਨੂੰ ਮਤਲਬ ਇੱਕ ਮਤਲਬ ਸੈਕੰਡਰੀ ਚੀਜ਼ ਰੱਖਦੇ ਆ। ਤੇ ਆਈ ਥਿੰਕ ਇਹੀ ਚੀਜ਼ ਪ੍ਰੋਬਲਮੈਟਿਕ ਹੁੰਦੀ ਆ ਜਿਹੜੇ ਮੈਂ ਦੂਸਰੀ ਸਟੇਟਸ ਦੇ ਬੱਚਿਆਂ ਦਾ ਦੇਖਦਾ ਨਾ, ਉਸਦੇ ਵਿੱਚ ਕੀ ਬੱਚੇ ਪਹਿਲਾਂ ਪ੍ਰਾਇਮਰੀ ਫੋਕਸ ਕਰਦੇ ਆਪਣੀ ਸਟੱਡੀਜ਼ ਵੱਲ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਅੱਜ ਅਗਰ ਅਸੀਂ ਸਪੋਜ਼ ਸਾਲ ਜਾਂ 2 ਸਾਲ ਜਾਂ 3 ਸਾਲ ਦੀ ਜਿਹੜੀ ਸਟੱਡੀ ਆ ਆਪਣੀ ਕਰ ਲਈ, ਮੁਸ਼ਕਿਲ ਦੇ ਨਾਲ ਕਰ ਲਈ ਬੇਸ਼ੱਕ, ਯੂ ਨੋ ਜਿੱਦਾਂ ਵੀ ਕਰ ਲਈ, ਤੇ ਉਹ ਉਹਨਾਂ ਦੇ ਨੈਕਸਟ ਜਿਹੜੇ 10 ਸਾਲ ਜਾਂ 20 ਸਾਲ ਕੰਟਰੀ ਦੇ ਵਿੱਚ ਰਹਿਣਾ ਉਹਨਾਂ ਨੇ ਜਾਂ ਲਾਈਫ ਟਾਈਮ ਲਈ ਰਹਿਣਾ ਵਾ, ਉਹ ਉਹਨਾਂ ਦੇ ਲਈ ਬੜਾ ਵਧੀਆ ਹੋ ਜਾਏਗਾ, ਕਿਉਂਕਿ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਅਰਨਿੰਗ ਹੈਗੀ, ਜਿਹੜੀ ਸੈਲਰੀ ਆ ਉਹ ਵੀ ਇਨਕਰੀਜ਼ ਹੋ ਜਾਏਗੀ। ਹੈ ਅਗਰ ਅਗਰ ਸਪੋਜ਼ ਹੁਣ ਹੀ ਆਪਾਂ 2 ਸਾਲ ਦੇ ਟਾਈਮ ਦੇ ਵਿੱਚ ਆਪਾਂ ਸ਼ਾਰਟ ਵਿਜ਼ਨ ਲੈ ਕੇ ਚੱਲਦੇ ਹਾਂ, ਅਗਰ ਸਪੋਜ਼ ਹੁਣ ਤੋਂ ਅਸੀਂ ਪੈਸਾ ਕਮਾਉਣ ਦੀ ਸੋਚਦੇ ਹਾਂ, 1-2 ਲੱਖ ਰੁਪਇਆ ਬੰਦਾ ਕਮਾ ਵੀ ਲਏਗਾ ਮਹੀਨੇ ਦਾ, ਬਟ ਆਈ ਥਿੰਕ ਉਹ ਲੌਂਗ ਵਿਜ਼ਨ ਨਹੀਂ ਸੋਚ ਰਹੇ ਕਿ ਲੌਂਗ ਟਰਮ ਦੇ ਵਿੱਚ ਉਹ ਉਹਨਾਂ ਵਾਸਤੇ ਹੀ ਪ੍ਰੋਬਲਮੈਟਿਕ ਆ ਕਿ ਲੌਂਗ ਟਰਮ ਦੇ ਵਿੱਚ ਉਹ ਜ਼ਿਆਦਾ ਸ਼ਾਇਦ ਨਹੀਂ ਕਮਾ ਪਾਉਣਗੇ ਐਜ਼ ਕੰਪੈਰੇਟਿਵ ਟੂ ਉਹਦੇ ਜੋ ਸਟੂਡੈਂਟ ਬਹੁਤ ਵਧੀਆ ਪੜ੍ਹ ਚੁੱਕਾ ਹੈਗਾ। ਮੈਂ ਇਸ ਚੀਜ਼ ਨੂੰ ਬੜਾ ਸਟਰੋਂਗਲੀ ਫੀਲ ਕਰਦਾ। ਹਾਂ ਬਿਲਕੁਲ ਵਿਕਰਮ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਹੁੰਦਾ ਕੀ ਹੈ ਕਿ ਬੱਚਿਆਂ ਦੇ ਨਾ ਪ੍ਰੈਸ਼ਰ ਬਹੁਤ ਦੇ ਦਿੱਤਾ ਜਾਂਦਾ ਹੈ, ਜਿਵੇਂ ਜਾਣ ਤੋਂ ਪਹਿਲੇ ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਅਸੀਂ ਤੇਰੇ ਲਈ ਜੀ ਬੜੇ ਕਰਜ਼ੇ ਚੁੱਕੇ ਹੈ, ਜਾ ਕੇ ਤੂੰ ਲਾਉਣੇ ਹੈ, ਰਾਈਟ। ਜੇ ਨਹੀਂ ਵੀ ਕਰਜ਼ੇ ਚੁੱਕੇ, ਕਈ ਜਿਹੜੇ ਪਿੰਡ ਦੇ ਬੱਚੇ ਹੁੰਦੇ ਨੇ, ਕਿਉਂਕਿ ਮੈਂ ਦੇਖਦੀ ਆ ਰਹੀ ਹਰ ਜਗ੍ਹਾ ਚੀਜ਼ ਨਹੀਂ ਹੁੰਦੀ, ਮੈਂ ਪਹਿਲੇ ਕਹਿ ਰਹੀ ਹਾਂ, ਬਟ ਕਿਤੇ ਕਿਤੇ ਕੀ ਹੈ ਬੱਚੇ ਨੂੰ ਇਹ ਵੀ ਪ੍ਰੈਸ਼ਰ ਹੈ ਕਿ ਤੂੰ ਜਾਣਾ ਹੈ ਤੇ ਸਾਡਾ ਘਰ ਵਧੀਆ ਬਣਾਉਣਾ ਹੈ। ਤੇ ਬੱਚਿਆਂ ਨੂੰ ਉੱਥੇ ਜਾ ਕੇ ਇਹ ਕਿ ਪਿੰਡ ਚ ਮੇਰਾ ਘਰ ਬਹੁਤ ਸੋਹਣਾ ਦਿਖਣਾ ਚਾਹੀਦਾ, ਹਰ ਇੱਕ ਨੂੰ ਪਤਾ ਲੱਗੇ ਕਿ ਇਹ ਘਰ ਦਾ ਜੀ ਜਿਹੜਾ ਹੈ ਉਹ ਬਾਹਰ ਚਲੇ ਗਿਆ, ਉਹ ਇੱਕ ਟੌਰ ਹੋ ਗਈ, ਸ਼ੇਖੀ ਹੋ ਗਈ, ਰਾਈਟ। ਅੱਜ ਦੇ ਟਾਈਮ ਤੇ ਪਰ ਇਹ ਟੌਰ ਜਾਂ ਸ਼ੇਖੀ ਨਹੀਂ ਰਹੇ, ਕਿਉਂਕਿ ਅੱਜ ਕੱਲ ਚੁਣਵੇ ਨਹੀਂ ਹਰ ਕੋਈ ਜਾ ਰਿਹਾ, ਪਹਿਲੇ ਚੁਣਵੇ ਲੋਕ ਜਾਂਦੇ ਸੀ, ਪਰ ਹੁਣ ਤੇ ਮੈਨੂੰ ਲੱਗਦਾ ਸਾਰੀ ਦੀ ਸਾਰੀ ਪੀੜ੍ਹੀ ਉੱਤੇ ਜਾ ਰਹੀ ਹੈ। ਤੇ ਉੱਥੇ ਜਾ ਕੇ ਜੇ ਤੁਸੀਂ ਵੈਲ ਪਲਾਨ ਕਰੋਗੇ ਕੀ ਪਤਾ ਤੁਹਾਨੂੰ ਅੱਛੀ ਕੰਪਨੀਜ਼, ਗੂਗਲ ਹੋ ਗਿਆ, ਐਮਾਜ਼ਨ ਹੋ ਗਿਆ, ਇਹਨਾਂ ਦੇ ਵਿੱਚ ਵੀ ਲੋਕਾਂ ਨੂੰ ਜੋਬ ਮਿਲ ਰਹੀ ਹੈ, ਇੰਡੀਆ ਚ ਬੈਠੇ ਬੈਠੇ ਵੀ ਮਿਲ ਰਹੀ ਹੈ। ਤੇ ਜਿਹੜਾ ਬੱਚਾ ਉੱਥੇ ਕੈਨੇਡੀਅਨ ਸਟੱਡੀ ਕਰ ਰਿਹਾ ਉਹਨੂੰ ਤੇ ਜ਼ਿਆਦਾ ਬੈਟਰ ਪਤਾ ਨਾ ਕਿ ਇਸ ਮੁਲਕ ਚ ਕਿਵੇਂ ਕੰਮ ਹੁੰਦਾ, ਇਸ ਮੁਲਕ ਦਾ ਪੈਟਰਨ ਕੀ ਹੈ, ਤੇ ਮੈਂ ਉਹਦੇ ਚ ਬੈਟਰ ਅਰਨਿੰਗ ਪੋਜੀਸ਼ਨ ਚ ਪਹੁੰਚ ਸਕਦਾ। ਜਦੋਂ ਤੁਸੀਂ ਅੱਛੀ ਪੋਜੀਸ਼ਨ ਚ ਹੁੰਦੇ ਹੋ ਵਿਕਰਮ, ਤੁਹਾਡੀ ਗਰੋਥ ਦੇ ਚਾਂਸਸ ਵੀ ਤੇ ਵੱਧ ਜਾਂਦੇ ਆ। ਮੈਂ ਕਹਿੰਦੀ ਕਿ ਮਾਪਿਆਂ ਦੀ ਇੱਕ ਵੱਡੀ ਬਲੈਸਿੰਗ ਹੈ ਕਿ ਜਿਨ੍ਹਾਂ ਨੇ ਸਾਨੂੰ ਭੇਜਿਆ, ਮੈਨੂੰ ਪਤਾ 1-2 ਸਾਲ ਹੋਰ ਵੇਟ ਕਰ ਸਕਦੇ ਨੇ, ਉਹਨਾਂ ਨੂੰ ਪਤਾ ਕਿ ਮੇਰਾ ਬੱਚਾ ਅਜੇ ਉੱਥੇ ਸੈਟਲ ਹੋ ਰਿਹਾ ਹੈ। ਪਰ ਕਿਉਂਕਿ ਇਹ ਦਿਮਾਗੀ ਪ੍ਰੈਸ਼ਰ ਨਾ ਬਹੁਤ ਖਤਰਨਾਕ ਚੀਜ਼ ਹੈ, ਇਹ ਮੈਂਟਲ ਇਸ਼ੂਜ਼, ਇਹ ਮੈਂਟਲ ਪ੍ਰੋਬਲਮਸ, ਬਹੁਤ ਬੱਚੇ ਦੀ ਨੇਚਰ ਬਦਲ ਜਾਂਦਾ, ਬੱਚੇ ਬਹੁਤ ਫਰਸਟ੍ਰੇਟਿਡ ਰਹਿਣਾ ਸ਼ੁਰੂ ਹੋ ਜਾਂਦੇ ਨੇ, ਬਿਮਾਰ ਰਹਿਣਾ ਸ਼ੁਰੂ ਹੋ ਜਾਂਦੇ ਨੇ, ਕਿਉਂ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਸੈਟਲ ਕਰਨ ਗਏ ਨੇ, ਬਟ ਪੈਸੇ ਦੀ ਭੱਜ ਦੌੜ ਦੇ ਵਿੱਚ ਉਹਨਾਂ ਦੀ ਲਾਈਫ ਨਿਚੁੜ ਜਾਂਦੀ ਹੈ। ਤੇ ਉਸ ਚੀਜ਼ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਨੇ ਨਾ ਏਦਾਂ ਆਪਣੇ ਬੱਚੇ ਗਵਾਏ ਵੀ ਨੇ, ਤੇ ਕੇਸਿਸ ਆਪਾਂ ਸਾਰੇ ਪੜ੍ਹ ਰਹੇ। ਕਈ ਵਾਰੀ ਬੱਚੇ ਉੱਤੇ ਮਤਲਬ ਇੰਨਾ ਦੁਖੀ ਹੋ ਜਾਂਦੇ ਨੇ, ਓਵਰ ਡਰਿੰਕ ਕਰਨਾ ਸ਼ੁਰੂ ਕਰ ਦਿੰਦੇ ਨੇ, ਐਕਸੀਡੈਂਟਸ ਬਹੁਤ ਹੋ ਰਹੇ ਨੇ। ਕਈ ਵਾਰੀ ਤੁਸੀਂ ਦੇਖੋਗੇ ਤੁਹਾਨੂੰ ਪੰਜਾਬੀ ਬੱਚਿਆਂ ਦੇ ਐਕਸੀਡੈਂਟ ਦੇ ਕੇਸ ਜ਼ਿਆਦਾ ਸੁਣਨ ਨੂੰ ਮਿਲਣਗੇ ਰਾਧਾ ਦਿਨ ਦੇ ਉੱਧਰ ਦੇ ਲੋਕੇਲੀਅਨਸ ਦੇ। ਤੇ ਓਬਵੀਅਸਲੀ ਕੋਈ ਨਾ ਕੋਈ ਇਮੋਸ਼ਨਲ ਪ੍ਰੈਸ਼ਰ, ਫਾਈਨੈਂਸ਼ੀਅਲ ਪ੍ਰੈਸ਼ਰ ਵੀ ਹੈ। ਤੇ ਜੇ ਬੱਚੇ ਜਾ ਰਹੇ ਨੇ, ਮੈਂ ਬਸ ਇਹ ਚਾਹੁੰਦੀ ਹਾਂ ਕਿ ਉਹ ਥੋੜਾ
ਪਿੰਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਪੇਰੈਂਟਸ ਫਾਰਮਿੰਗ ਕਰ ਰਹੇ ਨੇ, ਕਿੰਨਾ ਕਿੰਨਾ ਚੀਜ਼ਾਂ ਵੇਚ ਕੇ ਉਹਨਾਂ ਨੂੰ ਭੇਜ ਰਹੇ ਨੇ। ਇਸ ਲਈ ਇੱਕ ਵਿਜ਼ਨ ਹੋਣਾ ਉਹ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰਾਇਰਿਟੀ ਹੀ ਉਹ ਹੈ, ਔਰ ਸਭ ਹਾਸਿਲ ਹੋ ਜਾਂਦਾ ਹੈ। ਥੋੜੀ ਜਿਹੀ ਪੇਸ਼ੈਂਸ ਦਾ ਨਾ ਤੁਸੀਂ ਇੱਕ ਬਹੁਤ ਅੱਛੀ ਵਾਈਟ ਕਾਲਰ ਜੋਬ ਚ ਬੈਠ ਕੇ ਉਹ ਤਰੱਕੀ ਕਰ ਸਕਦੇ ਹੋ। ਤੋ ਹਾਂ, ਇੱਕ ਚੀਜ਼ਾਂ ਨੂੰ ਇੱਕ ਟਾਈਮ ਟੇਬਲ ਬਣਾਓ, ਇੱਕ ਚੀਜ਼ਾਂ ਨੂੰ ਇੱਕ ਪੈਟਰਨ ਬਣਾਓ, ਰਿਸਰਚ ਕਰੋ, ਉਸ ਤੋਂ ਬਾਅਦ ਜਾਓ ਜੀ ਸਦਕੇ ਜਾਓ। ਇਹੀ ਗੱਲ ਮੈਂ ਕਹੂੰਗਾ ਕਿ ਲਾਈਕ ਜਿਹੜੇ ਵੀ ਜਾਣ ਐਟਲੀਸਟ ਭਾਵੇਂ ਏਜੰਟ ਤੋਂ ਫਾਈਲ ਲਾਉਣ ਜਾਂ ਖੁਦ ਲਗਾਉਣ, ਹੈ ਨਾ, ਤੇ ਖੁਦ ਲਗਾ ਸਕਦਾ ਵੈਸੇ ਫਾਈਲ ਬੰਦਾ ਅਗਰ ਲਗਾਉਣਾ ਹੋਵੇ ਤਾਂ। ਵਿਕਰਮ ਦੇਖੋ, ਜੇ ਮੈਂ ਸਟੱਡੀ ਵੀਜ਼ਾ ਦੀ ਗੱਲ ਕਰਾਂ, ਥੋੜੀ ਹੈਲਪ ਚਾਹੀਦੀ ਹੈ, ਠੀਕ ਹੈ। ਏਦਾਂ ਨਹੀਂ ਕਿ ਮੈਂ ਏਜੰਟਸ ਦਾ ਕੋਈ ਬਾਇਸ ਹਾਂ ਜਾਂ ਨਹੀਂ, ਪਰ ਕਿਉਂਕਿ ਬੱਚਿਆਂ ਨੂੰ ਵੀ ਗੱਲ ਹੈ, ਜਦ ਤੱਕ ਨੌਲੇਜ ਨਹੀਂ ਹੈ, ਕੁਛ ਟੈਕਨੀਕੈਲਿਟੀਜ਼ ਹੁੰਦੀਆਂ ਨੇ ਜੋ ਲਾਇਸੈਂਸਡ ਜੋ ਲੋਕ ਹੈ ਉਹ ਲੋਕ ਈਜ਼ੀਲੀ ਕਰ ਪਾਉਂਦੇ ਨੇ। ਜਿਵੇਂ ਕੈਨੇਡਾ ਐਂਡ ਆਸਟ੍ਰੇਲੀਆ ਦੇ ਪ੍ਰੋਸੈਸ ਹੀ ਬਹੁਤ ਡਿਫਰੈਂਟ ਨੇ, ਉਹਨਾਂ ਦੇ ਵਿੱਚ ਕਈ ਵਾਰੀ ਤੁਹਾਡੇ ਲੈਟਰਸ ਜਾਂ ਤੁਹਾਡੀ ਐਪਲੀਕੇਸ਼ਨਸ ਅੜ ਜਾਂਦੀਆਂ ਨੇ, ਤਾਂ ਉਹ ਇੱਕ ਏਜੰਟ ਈਜ਼ੀਲੀ ਕੱਢ ਲੈਂਦਾ। ਬਟ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ ਕਿ ਜੋ ਤੁਹਾਡਾ ਏਜੰਟ ਹੈ ਉਹ ਲਾਇਸੈਂਸ ਹੈ ਕਿ ਨਹੀਂ ਹੈ, ਉਹਦੀ ਮਾਊਥ ਮਾਰਕੀਟਿੰਗ ਕੀ ਹੈ, ਕਿ ਉਹ ਬੰਦਾ ਫਰੋਡਲੀ ਤੇ ਨਹੀਂ ਜਾਣਾ ਜਾ ਰਿਹਾ, ਕਿ ਉਹ ਬੰਦਾ ਸਹੀ ਹੈ, ਕਿਉਂਕਿ ਜਿੱਥੇ ਇੰਨੇ ਖਰਾਬ ਨੇ ਉੱਥੇ ਚੰਗੇ ਵੀ ਨੇ। ਤੁਸੀਂ ਹਰ ਸਟੈਪ ਤੇ ਥੋੜਾ ਕਲੀਅਰ ਰਹੋ। ਆਪ ਲਗਾਉਣੀ ਥੋੜੀ ਡਿਫਿਕਲਟ ਹੋ ਸਕਦੀ ਹੈ ਕਿਉਂਕਿ ਬੱਚਿਆਂ ਦੀ ਕਈ ਵਾਰੀ ਕਮਿਊਨੀਕੇਸ਼ਨ ਕਮਾਂਡ ਨਹੀਂ ਹੁੰਦੀ, ਤੋਂ ਐਸਓਪੀ ਵਗੈਰਾ ਨਹੀਂ ਲਿਖ ਪਾਉਂਦੇ ਨੇ, ਉਹਨਾਂ ਨੂੰ ਟੈਕਨੀਕਲ ਚੀਜ਼ਾਂ ਨਹੀਂ ਪਤਾ ਹੁੰਦੀਆਂ ਕਿ ਕਿਸ ਤੋਂ ਬਾਅਦ ਕੀ ਚੀਜ਼ ਜਾਣੀ ਹੈ, ਕਿਵੇਂ ਜਾਣੀ ਹੈ। ਤੇ ਉਹ ਵੀ ਮੈਂ ਨਹੀਂ ਕਹੂੰਗੀ ਕਿ ਇੰਪੋਸੀਬਲ ਹੈ, ਕਿਉਂਕਿ ਜੋ ਬਹੁਤ ਰਿਸਰਚ ਕਰਦੇ ਨੇ ਉਹ ਔਖੇ ਤੋਂ ਔਖਾ ਕੰਮ ਆਪ ਵੀ ਕਰ ਸਕਦੇ ਹੋ। ਬਟ ਯੈਸ ਐਂਡ ਨੋ ਬੋਥ ਇਸ ਚੀਜ਼ ਦਾ ਆਂਸਰ ਰਹੇਗਾ। ਤੁਸੀਂ ਲਗਾ ਵੀ ਸਕਦੇ ਹੋ ਜੇ ਤੁਹਾਨੂੰ ਹਰ ਚੀਜ਼ ਦੀ ਗਾਈਡੈਂਸ ਹੈ, ਜੇ ਨਹੀਂ ਹੈ ਉਸ ਕੇਸ ਦੇ ਵਿੱਚ ਏਜੰਟ ਦੀ ਹੈਲਪ ਵੀ ਇੰਪੋਰਟੈਂਟ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਜਿਨ੍ਹਾਂ ਨੇ ਇਮੀਗ੍ਰੇਸ਼ਨ ਦੀ ਪੜ੍ਹਾਈ ਕੀਤੀ ਉਹ ਕਈ ਲੂਪਹੋਲਸ ਜਾਣਦੇ ਨੇ। ਹੁਣ ਜਿਵੇਂ ਕਿ ਇੱਕ ਕੈਨੇਡਾ ਹੈ, ਕੈਨੇਡਾ ਮਿਨੀਮਮ 2 ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਗੈਪ ਮੰਨਦਾ ਹੈ, ਪਰ ਉਹ ਕਿਵੇਂ ਉਹ ਪਤਾ ਹੋਣਾ ਜ਼ਰੂਰੀ ਹੈ। ਹਰ ਕਾਲਜ ਦਾ ਹਰ ਜਗ੍ਹਾ ਦਾ ਇੱਕ ਆਪਣਾ ਹੀ ਸੈਟ ਆਫ ਰੂਲਸ ਹੈ, ਇਸ ਲਈ ਉਹਦੇ ਚ ਏਜੰਟ ਅਨਡਾਊਟਡਲੀ ਤੁਹਾਡੀ ਹੈਲਪ ਕਰਦਾ। ਪਰ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਮੇਰਾ ਏਜੰਟ ਮੇਰੀ ਰਾਈਟ ਚੋਇਸ ਹੈ ਕਿ ਨਹੀਂ ਹੈ। ਉਹਦੇ ਵਾਸਤੇ ਤੁਸੀਂ ਏਜੰਟ ਨੂੰ ਡਾਇਰੈਕਟਲੀ ਇਹ ਪੁੱਛ ਸਕਦੇ ਹੋ ਕਿ ਉਹਨਾਂ ਦਾ ਲਾਇਸੈਂਸ ਹੈ ਕਿ ਨਹੀਂ ਹੈ, ਤੁਸੀਂ ਲਾਇਸੈਂਸ ਚੈੱਕ ਕਰ ਸਕਦੇ ਹੋ, ਰਾਈਟ। ਔਰ ਜੋ ਰੈਗੂਲੇਟਡ ਲੋਕ ਹੋਤੇ ਉਨਕਾ ਉਹਨਾਂ ਦਾ ਪੂਰੀ ਲਿਸਟ ਹੁੰਦੀ ਹੈ। ਤੁਸੀਂ IRCC ਦੀ ਵੈਬਸਾਈਟ ਤੇ ਜਾਓ, ਤੁਸੀਂ ਸਟੱਡੀ ਦਾ ਕਾਲਮ ਪੜ੍ਹੋ, ਜੋ ਤੁਹਾਨੂੰ ਇੰਨੀਆਂ ਚੀਜ਼ਾਂ ਨੇ ਜਿਹਦੇ ਥਰੂ ਤੁਸੀਂ ਆਪਣੇ ਏਜੰਟ ਨੂੰ ਚੈੱਕ ਕਰ ਸਕਦੇ ਹੋ, ਉਹਨਾਂ ਦੀ ਨੌਲੇਜ ਨੂੰ ਚੈੱਕ ਕਰ ਸਕਦੇ ਹੋ। ਉਹ ਕਰਨਾ ਜ਼ਰੂਰੀ ਹੈ। ਏਜੰਟ ਦੀ ਹੈਲਪ ਕਦੀ ਵੀ ਮਾੜੀ ਨਹੀਂ, ਬਟ ਉਹਨੂੰ ਕਿਸ ਹੱਦ ਤੱਕ ਲੈਣਾ ਹੈ, ਕਿਵੇਂ ਲੈਣਾ, ਇਹ ਪਤਾ ਹੋਣਾ ਜ਼ਰੂਰੀ ਹੈ। ਜੀ ਜੀ, ਜਿੱਦਾਂ ਹੁਣ ਕੋਈ ਵੀ ਸਟੂਡੈਂਟ ਲੈਟ ਸਪੋਜ਼ ਅੱਜ ਅਪਲਾਈ ਵੀ ਕਰਦਾ ਜਾਂ ਫਿਰ ਜਿਹਨੇ ਕਰ ਚੁੱਕਾ ਹੋਊਗਾ ਆਲਰੇਡੀ, ਅਗਰ ਸਪੋਜ਼ ਅੱਜ ਕੋਈ ਵੀਡੀਓ ਦੇਖ ਰਿਹਾ ਤੇ ਜਿਹਨੇ ਕੀਤਾ ਹੋਊਗਾ ਅਪਲਾਈ, ਉਹ ਵੀ ਆਈ ਥਿੰਕ ਜਾ ਕੇ ਆਪਣੀ ਜਿਹੜੀ ਕਾਲਜ ਦੀ ਬੈਕਗਰਾਉਂਡ ਆ ਉਹ ਚੈੱਕ ਕਰ ਸਕਦਾ ਵਾ ਕਿ ਜਿਹੜਾ ਕੋਰਸ ਤੇ ਉਹਨੇ ਅਪਲਾਈ ਕੀਤਾ ਵਾ ਉਸਦੇ ਵਿੱਚ ਉਹਦੇ ਰਿਕੁਆਇਰਮੈਂਟਸ ਕੀ, ਐਲੀਜੀਬਿਲਟੀ ਕ੍ਰਾਈਟੀਰੀਆ ਕੀ ਆ, ਨੋ ਸਾਰਾ ਕ੍ਰੋਸ ਵੈਰੀਫਾਈ ਕਰ ਸਕਦਾ ਵਾ। ਤੇ ਅਗਰ ਉਹਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਪੁਆਇੰਟ ਵੀਕ ਕਰ ਰਿਹਾ, ਕਿਤੇ ਨਾ ਕਿਤੇ ਲੈਕ ਕਰ ਰਿਹਾ, ਤੇ ਉਹ ਹੁਣੇ ਜਾ ਕੇ ਨਾ ਆਪਣੇ ਏਜੰਟ ਨੂੰ ਪੁੱਛ ਸਕਦਾ ਕ੍ਰੋਸ ਵੈਰੀਫਾਈ ਕ੍ਰੋਸ ਚੈੱਕ ਕਰ ਸਕਦਾ ਕਿ ਤੁਸੀਂ ਅਗਰ ਆਹ ਐਲੀਜੀਬਿਲਟੀ ਨਹੀਂ ਹੈਗੀ ਸੀ ਜਾਂ ਹੈਗੀ ਸੀ ਤੇ ਤੁਸੀਂ ਮੈਂ ਤਾਂ ਰਿਕੁਆਇਰਮੈਂਟ ਮੀਟ ਨਹੀਂ ਕਰ ਰਿਹਾ ਤੇ ਫਿਰ ਤੁਸੀਂ ਕਿਸ ਬੇਸ ਤੇ ਫਾਈਲ ਲਗਾ ਦਿੱਤੀ, ਕਿਉਂਕਿ ਐਟ ਦ ਐਂਡ ਆਫ ਦ ਡੇ ਉਹ ਰਿਫਿਊਜ਼ਲ ਹੀ ਆਉਣੀ ਆ, ਸੁਣੋ। ਤੇ ਇਹ ਚੀਜ਼ ਆਈ ਥਿੰਕ ਜਿਹੜੇ ਲੋਕਾਂ ਨੂੰ ਆ ਸੋਚਣਾ ਚਾਹੀਦਾ ਕਿ ਪਹਿਲਾਂ ਸਾਰੀਆਂ ਚੀਜ਼ਾਂ ਕ੍ਰੋਸ ਵੈਰੀਫਾਈ ਕਰ ਲੈਣ ਤਾਂ ਜੋ ਉਹ ਜਿਹੜੀ ਪ੍ਰੋਬਲਮ ਜਿਹੜੀ ਨਾ ਰਿਫਿਊਜ਼ਲ ਦੀ ਜਿਹੜੀ ਵਾਰ ਵਾਰ ਉਹ ਨਾ ਆਵੇ। ਬਿਲਕੁਲ ਬਿਲਕੁਲ, ਮੈਂ ਨਾ ਕਈ ਵਾਰੀ ਐਜ ਸਟੂਡੈਂਟ ਦੇਖੇ ਜਿਨ੍ਹਾਂ ਦੇ 92% ਨੰਬਰ ਹੈ ਤੇ ਉਹਨਾਂ ਦੀ ਰਿਜੈਕਸ਼ਨ ਆਈ ਹੋਈ ਹੈ, ਔਰ ਉਹਨਾਂ ਦੇ ਆਈਸ ਦੇ ਬੈਂਡ ਵੀ 7-7-8-8 ਨੇ, ਸਟਿਲ ਉਹਨਾਂ ਦੀ ਰਿਜੈਕਸ਼ਨ ਹੈ, ਤੇ 6.5 ਵਾਲੇ ਦੀ ਆਰਾਮ ਨਾਲ ਫਾਈਲ ਜੋ ਹੈ ਹੋਈ ਹੋਈ ਹੈ ਪ੍ਰੋਪਰ। ਕਿਉਂ? ਕਿਉਂਕਿ ਤੁਹਾਡੀ ਐਸਓਪੀ ਵਰਗੀਆਂ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਵੱਡਾ ਫੈਕਟਰ ਪਲੇ ਕਰਦੀਆਂ ਨੇ। ਬੱਚਾ ਕੀ ਕਰ ਸਕਦੇ, ਬੱਚੇ ਕੀ ਕਰਦੇ ਨੇ, ਉਹਨਾਂ ਨੂੰ ਉਹਨਾਂ ਨੇ ਸ਼ੀਟ ਤੇ ਲਿਖਤਾ ਤੇਰਾ ਇਹ ਕਰਾਂਗੇ, ਉਹ ਸ਼ੀਟ ਜਾ ਕੇ ਅਲਮਾਰੀ ਚ ਪਈ ਹੈ ਤੇ ਉਹ ਰੱਦੀ ਚ ਚਲੇ ਗਈ ਹੈ। ਤੁਸੀਂ ਉਹ ਸ਼ੀਟ ਨੂੰ ਜਾ ਕੇ ਰੀ ਸਟੱਡੀ ਨਹੀਂ ਕਰਦੇ, ਕਰੋ। ਦੇਖੋ ਉਹਨਾਂ ਨੇ ਅੰਬਰ ਕਾਲਜ ਕਿਹਾ, ਅੰਬਰ ਕਾਲਜ ਦੀ ਵੈਬਸਾਈਟ ਤੇ ਜਾਓ, ਦੇਖੋ ਉੱਥੇ ਕੀ ਹੈ, ਉਹਨਾਂ ਦੇ ਟੋਲ ਫ੍ਰੀ ਨੰਬਰਸ ਹੁੰਦੇ ਨੇ, ਤੁਸੀਂ ਕ੍ਰੋਸ ਚੈੱਕ ਕਰੋ। ਫੇਸਬੁੱਕ ਦੇਖੋ, ਸੋਸ਼ਲ ਮੀਡੀਆ ਨਾ ਇਸ ਟਾਈਮ ਤੇ ਬਹੁਤ ਪਾਵਰਫੁਲ ਟੂਲ ਵੀ ਹੈ, ਤੁਸੀਂ ਗੂਗਲ ਰਿਵਿਊਜ਼ ਚੈੱਕ ਕਰੋ, ਤੁਸੀਂ ਫੇਸਬੁੱਕ ਤੇ ਨੰਬਰ ਆਫ ਗਰੁੱਪਸ ਹੈ ਜੋ ਸਟੱਡੀ ਵੀਜ਼ਾ ਲਈ ਜਾਂ PR ਵਾਸਤੇ ਬਣੇ ਹੋਏ ਨੇ, ਜਿਨ੍ਹਾਂ ਤੇ ਤੁਸੀਂ ਆਪਣੀ ਇਨਕੁਆਇਰੀਜ਼ ਪਾਓ, ਤਾਂ ਤੁਹਾਨੂੰ ਉੱਥੋਂ ਆਨਸਰਸ ਵੀ ਆਉਂਦੇ ਨੇ। ਤੁਸੀਂ ਉਹ ਚੀਜ਼ਾਂ ਕਰੋ, ਨਹੀਂ ਕਰਨੀਆਂ ਇਹ ਚੀਜ਼ ਪੜ੍ਹ ਤੇ ਸਕਦੇ ਹੋ ਨਾ ਤੇ ਕੀ ਕੁਐਸਚਨਸ ਚੱਲ ਰਹੇ ਨੇ। ਇਵਨ ਕਾਲਜ ਦੇ ਆਈ ਥਿੰਕ ਕਾਲਜ ਦੇ ਵੀ ਗਰੁੱਪਸ ਬਣੇ ਹੋਏ ਆ, ਜਦੋਂ ਆਪਾਂ ਕਿਸੇ ਵੀ ਹਰ ਕਾਲਜ ਦਾ ਗਰੁੱਪ ਬਣਿਆ ਹੋਇਆ ਵਾ, ਬਿਲਕੁਲ, ਆਪਾਂ ਉੱਥੇ ਜਾ ਕੇ ਵੀ ਕਿਸੇ ਵੀ ਉੱਥੇ ਸਟੂਡੈਂਟ ਨਾਲ ਗੱਲ ਕਰ ਸਕਦੇ ਹਾਂ, ਉਹਦੀ ਹੈਲਪ ਲੈ ਸਕਦੇ ਹਾਂ। ਹਰ ਘਰ ਚ ਕੋਈ ਨਾ ਕੋਈ ਗਿਆ ਹੋਇਆ, ਤੁਹਾਨੂੰ ਕੋਈ ਨਾ ਕੋਈ ਵਾਕਫੀਅਤ ਨਿਕਲ ਹੀ ਆਉਂਦੀ ਹੈ, ਤੇ ਆਪਣੀ ਰਿਸਰਚ ਦਾ ਦਾਇਰਾ ਵਧਾਓ, ਬਹੁਤ ਜ਼ਰੂਰੀ ਹੈ। ਤੁਸੀਂ ਚੀਜ਼ਾਂ ਨੂੰ ਗੂਗਲ ਤੇ ਜਾ ਕੇ ਪੜ੍ਹੋ, ਸੋਸ਼ਲ ਮੀਡੀਆ ਨੂੰ ਆਪਾਂ ਬਹੁਤ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ।
ਉਹਨਾਂ ਗਰੁੱਪਸ ਦੇ ਵਿੱਚ ਤਾਂ ਬਹੁਤ ਨਿਊਜ਼ ਆਉਂਦੀਆਂ ਨੇ, ਤੁਸੀਂ ਜੇ ਤੁਸੀਂ ਕੈਨੇਡਾ ਦੀ ਫਾਈਲਿੰਗ ਕਰ ਰਹੇ ਹੋ, ਚਾਹੇ ਉਹ ਸਟੱਡੀ ਹੈ, ਚਾਹੇ ਉਹ ਕੋਈ ਵਰਕ ਪਰਮਿਟ ਹੈ, ਕੁਛ ਵੀ ਹੈ, ਤੁਸੀਂ ਕੈਨੇਡੀਅਨ ਪੇਜ ਲਾਈਕ ਕਰੋ, ਅਫੀਸ਼ੀਅਲ ਨਿਊਜ਼ ਪੜ੍ਹੋ। ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਇਨ ਟੱਚ ਰਹਿੰਦੇ ਹੋ ਨਾ, ਤੁਹਾਡਾ ਮਾਇੰਡ ਚੱਲਣਾ ਸ਼ੁਰੂ ਹੋ ਜਾਂਦਾ ਹੈ, ਤੁਹਾਨੂੰ ਲੂਪਹੋਲਸ ਆਪ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਕਾਲਜ ਦੀ ਵੈਬਸਾਈਟ ਦੇ ਉੱਤੇ ਕਿੰਨਾ ਕੁਛ ਪੜ੍ਹ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿੰਨੇ ਆਲਰੇਡੀ ਅਪਲਾਈ ਕੀਤਾ, ਉਹਦਾ ਫੀਡਬੈਕ ਲਵੋ, ਹੈਨਾ। ਇਹ ਚੀਜ਼ਾਂ ਨੇ, ਨਿਊਜ਼ ਦੇਖਦੇ ਰਹੋ ਕਿ ਤੁਹਾਡੇ ਏਜੰਟ ਦੇ ਖਿਲਾਫ ਕੁਛ ਆ ਤੇ ਨਹੀਂ ਰਿਹਾ, ਜਾਂ ਉਹਦਾ ਪ੍ਰੀ ਰਿਕਾਰਡ ਚੈੱਕ ਕਰੋ। ਇਹ ਚੀਜ਼ਾਂ ਇੰਪੋਰਟੈਂਟ ਨੇ, ਇਹ ਚੀਜ਼ਾਂ ਕਰਾਂਗੇ ਤਾਂ ਸ਼ਾਇਦ ਸਾਡੇ ਬਹੁਤ ਕੀਮਤੀ ਪੈਸੇ ਵੀ ਬਚਣਗੇ, ਸਾਡੇ ਟਾਈਮ ਵੀ ਬਚੇਗਾ, ਪੈਸੇ ਦੇ ਨਾਲ ਨਾਲ ਸਾਡਾ ਵਕਤ ਵੀ ਬਚਦਾ ਹੈ, ਕਿਉਂਕਿ ਰਿਫਿਊਜ਼ਲ ਆਉਣਾ ਵੀ ਬੱਚੇ ਲਈ ਬਹੁਤ ਵੱਡੀ ਹਾਰਟ ਬ੍ਰੇਕ ਹੋ ਜਾਂਦੀ ਹੈ ਨਾ। ਆਈ ਥਿੰਕ ਇਹਦਾ ਕਿੰਨਾ ਪੈਸਾ ਵੀ ਖਰਾਬ ਹੁੰਦਾ। ਲੈਟ ਸਪੋਜ਼ ਕਿਸੇ ਨੇ 10-15 ਲੱਖ ਰੁਪਇਆ ਭਰਿਆ ਹੋਇਆ ਕਿਸੇ ਕਾਲਜ ਦੀ ਫੀਸ ਦਾ, ਅਗਰ ਆਪਾਂ ਉਹਦਾ ਇੰਟਰਸਟ ਰੇਟ ਹੀ ਦੇਖੀਏ 3-4% ਦੇ ਹਿਸਾਬ ਨਾਲ, ਬੈਂਕ ਦੇ ਪਰਸੈਂਟ ਦੇਖੀਏ ਤਾਂ ਕਿੰਨੇ ਹਜ਼ਾਰ ਰੁਪਏ ਬਣ ਜਾਂਦੇ ਆ। ਮਤਲਬ ਹਰ ਸਾਲ ਬੱਚਾ ਉਹ ਇੰਟਰਸਟ ਤੇ 40-50 ਹਜ਼ਾਰ ਰੁਪਇਆ ਗਵਾ ਰਿਹਾ ਆਪਣੇ ਜੇਬ ਤੋਂ, ਤੇ ਉਸ ਤੋਂ ਪਲੱਸ ਜਿਹੜੀ ਏਜੰਟ ਦੀ ਜਿਹੜੀ ਫੀਸ ਹੈਗੀ ਆ ਉਹ ਤੇ ਅਲੱਗ ਹੈਗੀ ਹੈਗੀ ਆ। ਸੋ ਅਗਰ ਸਪੋਜ਼ 2 ਰਿਫਿਊਜ਼ਲਸ ਵੀ ਆ ਜਾਂਦੀਆਂ ਤੇ ਬੰਦੇ ਦਾ ਆਈ ਥਿੰਕ 3-4 ਲੱਖ ਰੁਪਇਆ ਗਿਆ। ਇਹ ਸਿੰਪਲ ਕੈਲਕੂਲੇਸ਼ਨ ਹੈਗੀ ਆ, ਪੂਰਾ ਸਾਰਾ ਫੰਡ ਮਿਲਾ ਕੇ 28-32 ਲੱਖ ਦੇ ਵਿੱਚ ਵੇਰੀ ਕਰਦਾ, ਉਹ ਬਹੁਤ ਐਕਸਪੈਂਸਿਵ ਹੈ ਔਰ ਬਹੁਤ ਸਟ੍ਰਿਕਟ ਪ੍ਰੋਸੈਸ ਹੈ। ਆਸਟ੍ਰੇਲੀਆ ਦਾ ਚਾਹੇ PR ਹੋਏ ਚਾਹੇ ਸਟੱਡੀ ਹੋਏ, ਉਹ ਬਹੁਤ ਸਟ੍ਰਿਕਟ ਨੇ, ਰਾਈਟ। ਜਿਹੜਾ ਕੈਨੇਡਾ ਹੈ ਉਹਨਾਂ ਦੀ ਚਾਹੇ ਤੁਸੀਂ 1 ਈਅਰ ਫੀਸ ਦੇ ਲਈ ਹੈ, GIC ਨੋਮੀਨਲ ਹੈ, ਬਟ ਉਹ ਸਾਨੂੰ ਨੋਮੀਨਲ ਲੱਗ ਰਹੀ, ਪਰ ਜਿਹਦੀ ਜੇਬ ਚੋਂ ਜਾਣੀ ਹੁੰਦੀ ਨਾ, ਉਹਨੂੰ ਉਹਦਾ ਦੁੱਖ ਪਤਾ ਹੁੰਦਾ ਕਿ ਕਿੰਨੀ ਮੁਸ਼ਕਿਲ ਹੈ। ਕੋਵਿਡ ਦੇ ਬਾਅਦ ਹੋਰ ਵੀ ਚੀਜ਼ਾਂ ਔਖੀਆਂ ਹੋਈਆਂ ਨੇ, ਕੈਨੇਡਾ ਨੇ ਬਹੁਤ ਰੂਲਸ ਚੇਂਜ ਕੀਤੇ ਨੇ, ਬੱਚਿਆਂ ਵਾਸਤੇ ਕੁਝ ਚੀਜ਼ਾਂ ਈਜ਼ੀ ਵੀ ਕੀਤੀਆਂ ਨੇ, ਕਿ ਜਿਵੇਂ ਜੋ ਕੋਵਿਡ ਦਾ ਟਾਈਮ ਪੀਰੀਅਡ ਗੈਪ ਹੈ, ਉਹਨੂੰ ਵੀ ਕੋਈ ਨਾ ਕੋਈ ਵੈਲਿਊਬਿਲਿਟੀ ਮਿਲੀ ਹੈ। ਇਸ ਲਈ ਹਰ ਚੀਜ਼ ਨੂੰ ਪੜ੍ਹੋ, ਅੱਛੇ ਤਰੀਕੇ ਨਾਲ ਪੜ੍ਹੋ, ਤੁਹਾਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ। ਪਰ ਜੇ ਤੁਸੀਂ ਆਪਣੇ ਅੰਦਰ ਆਤਮਾ ਨੂੰ ਹੀ ਨਹੀਂ ਕੁਛ ਦੱਸ ਰਹੇ, ਫਿਰ ਤਾਂ ਤੁਸੀਂ ਬੇਵਕੂਫ ਬਣ ਕੇ ਹੀ ਜਾ ਰਹੇ ਹੋ, ਬਣਨ ਹੀ ਜਾ ਰਹੇ ਹੋ। ਕ੍ਰੋਸ ਵੈਰੀਫਾਈ ਜ਼ਰੂਰ ਕਰਨਗੇ। ਤੇ ਮੇਰਾ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਾਂ ਕਿ ਮੈਂ ਕੋਈ ਨਾ ਪ੍ਰਮੋਟ ਨਹੀਂ ਕਰ ਰਿਹਾ ਕਿ ਬਾਹਰ ਜਾਓ, ਕਿੱਦਾਂ ਵੀ ਜਾਓ, ਕਿਉਂਕਿ ਮੈਂ ਖੁਦ ਇਸ ਦੇ ਬੜਾ ਨਾ ਐਂਟੀ ਹੈਗਾ ਵਾ ਕਿ ਲਾਈਕ ਮੈਂ ਨਹੀਂ ਚਾਹੁੰਦਾ ਕਿ ਇੰਡੀਆ ਦੇ ਲੋਕ ਬਾਹਰ ਜਾ ਪੜ੍ਹਨ ਵਾਸਤੇ ਜਾਣ, ਪੜ੍ਹ ਕੇ ਫਿਰ ਵਾਪਸ ਇੰਡੀਆ ਦੇ ਵਿੱਚ ਆਉਣ ਤੇ ਕੰਮ ਕਰਨੇ ਤੇ। ਅੱਜ ਮੈਂ ਸਿਰਫ ਇਸ ਨੂੰ ਇਸ ਕਰਕੇ ਦੇਖ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੇ ਫਰੋਡ ਦੇ ਕੇਸਾਂ ਹੁੰਦੇ ਨੇ, ਤੇ ਇਹ ਇੱਕ ਬੜਾ ਨਾ ਸੋਸ਼ਲ ਇਸ਼ੂ ਹੈਗਾ ਵਾ ਪੰਜਾਬ ਦੇ ਵਿੱਚ, ਕਿ ਹਰ ਦੂਸਰੇ ਘਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਵੀ ਟਾਈਪ ਦਾ ਫਰੋਡ ਹੋ ਗਿਆ, ਚਾਹੇ ਕੁੜੀ ਬਾਹਰ ਚੱਲ ਗਈ ਤੇ ਉਹਨੇ ਉਸ ਨੂੰ ਬੁਲਾਇਆ ਨਹੀਂ। ਸੋ ਯੂ ਨੋ ਡਿਫਰੈਂਟ ਡਿਫਰੈਂਟ ਆਸਪੈਕਟ ਹੈਗੇ ਨੇ। ਅੱਜ ਆਪਾਂ ਜਿਹੜਾ ਆਸਪੈਕਟ ਕਵਰ ਕੀਤਾ ਹੋਏਗਾ ਕਿ ਮੇਨ ਏਜੰਟਸ ਦੇ ਨਾਲ ਜਿਹੜਾ ਕਿੱਦਾਂ ਯੂ ਨੋ ਏਜੰਟਸ ਕਿੱਦਾਂ ਬੇਫੂ ਬਣਾ ਸਕਦੇ ਆ, ਬਟ ਤੁਸੀਂ ਕਿੱਦਾਂ ਅਵੇਅਰ ਹੋ ਸਕਦੇ ਹੋ ਇਸ ਚੀਜ਼ ਬਾਰੇ ਗੱਲ ਕੀਤੀ। ਐਂਡ ਅੱਗੇ ਵੀ ਫਿਊਚਰ ਦੇ ਵਿੱਚ ਅਗਰ ਆਪਾਂ ਕੋਈ ਤੁਸੀਂ ਟੌਪਿਕ ਚਾਹੋਗੇ ਤੇ ਮੈਂ ਜੈਸਮੀਨ ਜੀ ਨੂੰ ਫਿਰ ਇਹਨੂੰ ਇਨਵਾਈਟ ਕਰਾਂਗਾ। ਪਹਿਲੀ ਗੱਲ ਮੈਂ ਦੱਸਦਾ ਕਿ ਮੈਂ ਜੈਸਮੀਨ ਜੀ ਦਾ ਜਿਹੜਾ ਇੰਸਟਾਗ੍ਰਾਮ ਦਾ ਲਿੰਕ ਐਂਡ ਫੇਸਬੁੱਕ ਦਾ ਜਿਹੜਾ ਚੈਨਲ ਦਾ ਇਹਨਾਂ ਦਾ ਲਿੰਕ ਆ ਉਹ ਮੈਂ ਜ਼ਰੂਰ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ, ਕਮੈਂਟ ਸੈਕਸ਼ਨ 'ਚ ਵੀ ਪਿੰਨ ਕਰ ਦਾਂਗਾ। ਤੁਸੀਂ ਇਹਨਾਂ ਦਾ ਵੀ ਜਾ ਕੇ ਯੂ ਨੋ ਇੰਸਟਾਗ੍ਰਾਮ 'ਤੇ ਐਂਡ ਫੇਸਬੁੱਕ ਚੈੱਕ ਕਰ ਸਕਦੇ ਹੋ। ਐਂਡ ਅਗਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਵੀ ਇਹੋ ਜਿਹਾ ਡਾਊਟ ਹੈਗਾ ਵਾ ਆਇਲਸ ਦੇ ਰਿਗਾਰਡਿੰਗ ਹੈ, ਜਾਂ PR ਦੇ ਰਿਗਾਰਡਿੰਗ ਹੈਗਾ, ਜਾਂ ਕਿਸੇ ਕੰਟਰੀ ਦੇ ਜਾਂ ਕਿਸੇ ਕਾਲਜ ਦੇ ਰਿਗਾਰਡਿੰਗ ਹੈਗਾ ਵਾ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ, ਜਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਅਤੇ ਅਸੀਂ ਨੈਕਸਟ ਪੋਡਕਾਸਟ ਜਾਂ ਕਦੇ ਵੀ ਕੋਈ ਪੋਡਕਾਸਟ ਅਗਰ ਤੁਸੀਂ ਚਾਹੁੰਦੇ ਹੋ ਇਸੇ ਇਸ਼ੂ 'ਤੇ ਹੋਵੇ ਤਾਂ ਆਪਾਂ ਜ਼ਰੂਰ ਗੱਲ ਕਰਾਂਗੇ। ਬਾਕੀ ਮੈਂ ਜਸਮੀਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਜੁੜੇ। ਆਈ ਹੋਪ ਕਿ ਯੂ ਨੋ ਜਿਹੜੇ ਯੂਥ ਹੈਗਾ ਸਾਡਾ ਆਉਣ ਵਾਲਾ ਜਿਹੜੀ ਜਨਰਲ ਨਾਲ ਜਾਣਾ ਵਾ ਬਾਹਰ, ਉਹ ਇਸ ਚੀਜ਼ਾਂ ਨੂੰ ਬੜਾ ਕੰਸਿਡਰ ਕਰੇਗਾ ਕਿ ਇੱਕ ਸੈਲਫ ਅਵੇਅਰਨੈਸ ਕਿੰਨੀ ਜ਼ਿਆਦਾ ਜ਼ਰੂਰੀ ਆ। ਐਂਡ ਯੂ ਨੋ ਜਿਹੜੇ ਸਟਾਰਟਿੰਗ ਦੇ ਈਅਰਸ ਹੈਗੇ ਨੇ ਉਹੀ ਅਰਨਿੰਗ ਦੇ ਜ਼ਰੂਰੀ ਨਹੀਂ ਦੇ, 2 ਸਾਲ ਬਾਅਦ ਜਿਹੜੀ ਅਰਨਿੰਗ ਹੋਣੀ ਆ ਉਹ ਮੇਨ ਇਫੈਕਟ ਕਰਦੀ ਆ ਤੁਹਾਡੀ ਲਾਈਫ ਦੇ ਵਿੱਚ। ਸੋ ਮੈਂ ਬਹੁਤ ਬਹੁਤ ਥੈਂਕ, ਬਿਲਕੁਲ ਵਿਕਰਮ, ਮੈਨੂੰ ਬਹੁਤ ਅੱਛਾ ਲੱਗਿਆ। ਆਈ ਹੋਪ ਮੈਂ ਲੋਕਲੀ ਮੇਰੀ ਜੋ ਇਨਫੋਰਮੇਸ਼ਨ ਹੈ ਯੂਸਫੁਲ ਰਹੀ ਹੋਊਗੀ। ਜਾਂਦੇ ਜਾਂਦੇ ਮੈਂ ਇੱਕ ਛੋਟੀ ਜਿਹੀ ਗੱਲ ਜ਼ਰੂਰ ਕਹਿਣਾ ਚਾਹੂੰਗੀ। ਦੇਖੋ ਜਿਵੇਂ ਅਸੀਂ ਸਟੱਡੀ ਵੀਜ਼ਾ ਦੀ ਗੱਲ ਕੀਤੀ ਹੈ, ਬੱਚੇ ਇਹ ਵੀ ਧਿਆਨ ਰੱਖਣ ਕਿ ਉਹ ਆਇਲਸ ਵਾਸਤੇ ਵੀ ਜਿਹੜਾ 2 ਨੰਬਰੀ ਚੀਜ਼ਾਂ ਨੇ ਉਹਨਾਂ ਤੋਂ ਵੀ ਬਚੇ। ਬਹੁਤ ਲੋਕ ਆ ਕੇ ਤੁਹਾਨੂੰ ਪ੍ਰੋਮਿਸ ਕਰਦੇ ਨੇ ਕਿ ਸਾਨੂੰ 1 ਲੱਖ ਦੋ, ਤੁਹਾਨੂੰ 1 ਬੈਂਡ ਦੇ ਦੇਣਗੇ। ਪਲੀਜ਼ ਉਹਨਾਂ ਦੇ ਚਾਂਸੇ ਚ ਵੀ ਨਾ ਆਣ, ਕੋਈ ਚੀਜ਼ ਡਿਫੀਕਲਟ ਨਹੀਂ ਹੈ, ਉਹਨੂੰ ਸਹੀ ਪੈਟਰਨ ਨਾਲ ਕੀਤਾ ਜਾਏਗਾ ਤੇ ਹਰ ਚੀਜ਼ ਇਜ਼ੀ ਹੋਏਗੀ। ਤੋ ਹਰ ਤਰ੍ਹਾਂ ਦੇ ਫਰੋਡ ਤੋਂ ਬਚੋ, ਫਰੋਮ ਦ ਸਟਾਰਟਿੰਗ ਸਟੈਪ ਟੂ ਦ ਲਾਸਟ ਸਟੈਪ, ਹਰ ਤਰ੍ਹਾਂ ਦੇ ਫਰੋਡ ਤੋਂ ਬਚਣਾ ਜ਼ਰੂਰੀ ਹੈ। ਅਗਰ ਅਗਰ ਸਾਡੇ ਇੱਥੇ ਜਿਹੜੇ ਆਡੀਅੰਸ ਹੈਗੇ ਡਿਮਾਂਡ ਕਰਦੀ ਹੈ ਕਿ ਜਿਹੜਾ ਆਹ ਵਾਲਾ ਨੈਕਸਸ ਕਿੱਦਾਂ ਚੱਲਦਾ, ਆਇਲਸ ਬੈਂਡ ਦਾ ਹੋ ਗਿਆ ਜਾਂ ਯੂ ਨੋ ਇੱਕ 2 ਨੰਬਰੀ ਚੀਜ਼ ਆ, ਤੇ ਅਗਰ ਆਡੀਅੰਸ ਡਿਮਾਂਡ ਕਰੇਗੀ ਤਾਂ ਆਪਾਂ ਇਸ ਚੀਜ਼ ਤੇ ਵੀ ਇੱਕ ਪੋਡਕਾਸਟ ਕਰ ਸਕਦੇ ਹਾਂ, ਆਪਾਂ ਡਿਸਕਸ਼ਨ ਕਰ ਸਕਦੇ ਹਾਂ ਡੈਪਥ ਦੇ ਵਿੱਚ ਜਾ ਕੇ ਕਿ ਉਹ ਪ੍ਰੋਸੈਸ ਕਿੱਦਾਂ ਚੱਲਦਾ ਵਾ ਤੇ ਕਿੱਦਾਂ ਲੋਕਾਂ ਨੂੰ ਮੂਰਖ ਐਕਚੁਅਲ ਦੇ ਵਿੱਚ ਬਣਾ ਦਿੱਤਾ ਜਾਂਦਾ ਵਾ ਤੇ ਉਹ ਕਿੱਥੇ ਜਾ ਕੇ ਫਸ ਜਾਂਦੇ ਆ। ਅਗਰ ਆਡੀਅੰਸ ਚਾਹੇਗੀ ਤਾਂ ਆਪਾਂ ਯੂ ਨੋ ਇਸ ਤੇ ਜ਼ਰੂਰ ਗੱਲ ਕਰਾਂਗੇ। ਸੋ ਥੈਂਕ ਯੂ ਸੋ ਮਚ ਅੱਜ ਸਾਡਾ ਜੁੜਨ ਲਈ। ਸਤਿ ਸ਼੍ਰੀ ਅਕਾਲ, ਥੈਂਕ ਯੂ।
उम्मीद है तुम्हें अज का पॉडकास्ट पसंद आएगा। अगर तुम किसी भी टॉपिक बारे इस रिगार्डिंग यू नो आयल्स के फील्ड रिगार्डिंग या पीआर के रिगार्डिंग या किसी कॉलेज के या किसी सब्जेक्ट के रिगार्डिंग तुम यू नो जानना चाहते हो तो तुम कमेंट के जरूर दसना। बाकी आप जसमीन जी कॉन्टैक्ट कर लेंगे फिर तो आप पॉडकास्ट कर लेंगे। बाकी उम्मीद है तुम्हें पॉडकास्ट अज का पसंद आएगा। अगर पसंद आता है तो लाइक कर सकते हो, कमेंट करके अपनी राय दस सकते हो, शेयर करके यू नो लोगों को होर दसो। बाकी आप मिलते हैं किसी अगली वीडियो के लिए। धन्यवाद।